ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਆਵ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ ਤਾ ਮਤ ਦੇਹੁ ਦਇਾਲ ਪ੍ਰਭ ਜਿਤ ਤੁਮਹਿ ਆਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਦ ਪਗ ਸਾਦਾ ਬੇਸੁਮਾਰ ਅਥਾਹਾ ਅਗਣਤ ਅਤੁਲੇ ਜੋ ਬੁਲਾਵੋ ਤੇਉ ਨਾਨਕ ਦਾਸ ਬੁਲੇ ਸਤਨਾਮ ਸ੍ਰੀ ਵਾਹਿਗੁਰੂ ਸੋਹਿਬ ਜੀ ਉਹ ਯੰਗ ਪ੍ਰਿਆਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਸਰਬਮਾਨੇ ਸਮਸਤੇ ਨਿਧਾਨੇ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਰਸਨਾ ਕਰੋ ਪਵਿੱਤਰ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਧੰਨ ਬਾਬਾ ਜਵਾਰਦਾਸ ਜੀ ਮਹਾਰਾਜ ਦੇ ਪਵਿੱਤਰ ਸਥਾਨਾਂ ਉੱਪਰ ਬڑے ਪ੍ਰੇਮ ਦੇ ਨਾਲ ਸਾਹਿਬੇ ਕਮਾਲ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਸ਼੍ਰੀ ਮੁਖਵਾਕ ਰਚਨਾ ਗੁਰਬਾਣੀ ਸ਼੍ਰੀ ਜਾਪ ਸਾਹਿਬ ਜੀ ਦੀ ਕਥਾ ਸ਼੍ਰਵਣ ਕਰਦੇ ਆ ਰਹੇ ਹੋ ਸਤਿਗੁਰੂ ਜੀ ਦੀ ਕਿਰਪਾ ਸਦਕਾ 43 ਪੌੜੀਆਂ ਤੱਕ ਕਥਾ ਹੋ ਚੁੱਕੀ ਹੈ ਔਰ ਪਿਛਲੀ ਕਥਾ ਦੇ ਵਿੱਚ ਇਸ ਇੱਕ ਬੰਦ ਦੀ ਹੀ ਕਥਾ ਹੋ ਪਾਈ ਸੀ ਨਮੋ ਸਰਬਮਾਨੇ ਤਾਂ ਆਪ ਸੰਗਤਾਂ ਦੀ ਕਿਰਪਾ ਸਦਕਾ ਭਜੰਗ ਪ੍ਰਯਾਤ ਸ਼ੰਤੋ ਕਥਾ ਆਰੰਭ ਹੋਣ ਜਾ ਰਹੀ ਹੈ ਆਪ ਜੀ ਬੜੇ ਪ੍ਰੇਮ ਦੇ ਨਾਲ ਸ਼੍ਰਵਣ ਕਰਨ ਦਾ ਯਤਨ ਕਰੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਹਿਗੁਰੂ ਅਕਾਲ ਪੁਰਖ ਜੀ ਦੀ ਉਸਤਤ ਕਰਦੇ ਹੋਏ ਉਹਨਾਂ ਨੂੰ ਨਮਸਕਾਰਾਂ ਕਰਦੇ ਨੇ ਨਾਲ-ਨਾਲ ਉਹਨਾਂ ਦੇ ਗੁਣਾਂ ਨੂੰ ਉਚਾਰਨ ਕਰਦੇ ਹਨ ਆਓ ਬੜੇ ਪ੍ਰੇਮ ਦੇ ਨਾਲ ਸੁਣ ਦਾ ਯਤਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੁਯੰਗ ਪ੍ਰਯਾਤ ਸ਼ੰਦ ਨਮੋ ਸਰਬਮਾਨੇ ਸਮਸਤੀ ਨਿਦਾਨੇ ਸਤਿਗੁਰੂ ਜੀ ਵਾਹਿਗੁਰੂ ਪਰਮੇਸ਼ਰ ਜੀ ਦੇ ਗੁਣ ਗਾਇਨ ਕਰਦੇ ਨੇ ਕਿ ਹੇ ਵਾਹਿਗੁਰੂ ਜੀ ਆਪ ਜੀ ਨੂੰ ਹੇ ਅਕਾਲ ਪੁਰਖ ਜੀ ਸਾਰੇ ਹੀ ਸਰਬਮਾਨੇ ਸਾਰੇ ਮੰਦੇ ਨੇ ਵੱਡੇ ਵੱਡੇ ਦੇਵੀ ਦੇਵਤੇ ਵੀ ਆਪ ਜੀ ਅੱਗੇ ਝੁਕਦੇ ਨੇ ਵੱਡੀਆਂ ਵੱਡੀਆਂ ਸ਼ਕਤੀਆਂ ਵਾਲੇ ਵੀ ਆਪ ਜੀ ਪਾਸੋਂ ਹੀ ਸਭ ਕੁਝ ਪ੍ਰਾਪਤ ਕਰਦੇ ਨੇ ਜਿੰਨਾ ਕਿਸੇ ਨੇ ਨਾਮ ਜਪਿਆ ਕਮਾਈ ਕੀਤੀ ਓਨੀ ਉਹਨੂੰ ਬਖਸ਼ਿਸ਼ ਜਿਹੜੀ ਹੈ ਉਹਦੀ ਕਮਾਈ ਅਨੁਸਾਰ ਵਾਹਿਗੁਰੂ ਜੀ ਦੇ ਦਰੋਂ ਘਰੋਂ ਪ੍ਰਾਪਤ ਹੁੰਦੀ ਹੈ ਇਸ ਕਰਕੇ ਹੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਤਾਈ ਮੇਰੀ ਨਮਸਕਾਰ ਹੈ ਕਿਉਂਕਿ ਆਪ ਜੀ ਨੂੰ ਸਾਰੇ ਹੀ ਮੰਨਦੇ ਨੇ ਜਾ ਮਾਨੇ ਸ਼ਬਦ ਦਾ ਅਰਥ ਮਾਣ ਵੀ ਹੁੰਦਾ ਹੈ ਸਰਕਾਰ ਵੀ ਹੁੰਦਾ ਹੈ ਆਪਾਂ ਕਿਸੇ ਦਾ ਮਾਣ ਕਰਦੇ ਆਂ ਸਤਕਾਰ ਕਰਦੇ ਆਂ ਆਦਰ ਕਰਦੇ ਆਂ ਤੇ ਮਾਣ ਸਤਕਾਰ ਜਿਹੜਾ ਹੈ ਜਿਹਨੂੰ ਆਪਾਂ ਵਡਿਆਈ ਵੀ ਕਹਿ ਸਕਦੇ ਆਂ ਇਹ ਮਨੁੱਖ ਨੂੰ ਵਾਹਿਗੁਰੂ ਜੀ ਉਹਦੇ ਕਰਮਾਂ ਅਨੁਸਾਰ ਦਿੰਦੇ ਨੇ ਜਿੰਨੀ ਉਹਦੇ ਕਰਮਾਂ ਦੇ ਵਿੱਚ ਲਿਖੀ ਹੈ ਓਨੀ ਉਹਨੂੰ ਵਡਿਆਈ ਜਿਹੜੀ ਹੈ ਉਹ ਪ੍ਰਾਪਤ ਹੋਣੀ ਹੈ। ਹੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਤਾਈ ਆਪ ਜੀ ਨੂੰ ਨਮਸਕਾਰ ਹੈ ਕਿਉਂਕਿ ਆਪ ਸਾਰਿਆਂ ਨੂੰ ਮਾਣ ਦੇਣ ਵਾਲੇ ਹੋ। ਵਡਿਆਈ ਦੇਣ ਵਾਲੇ। ਹੁਣ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਇੱਕ ਜਗ੍ਹਾ ਕਿੰਨਾ ਪ੍ਰੇਮ ਨਾਲ ਲਿਖਦੇ ਐ। ਹੁਣ ਆਪਣੇ ਮਨ ਦੇ ਵਿੱਚ ਸਵਾਲ ਪੈਦਾ ਹੋ ਸਕਦਾ ਵੀ ਸੰਤਾਂ ਸਾਧੂਆਂ ਦੀ ਇੰਨੀ ਵਡਿਆਈ ਕਿਉਂ ਜਾਂਸ ਕਿਉਂ ਬ੍ਰह्म ਗਿਆਨੀ ਸ਼ਬਦ ਸੰਤ ਸ਼ਬਦ ਜਾਂ ਤਨ 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 ਜਾਣ ਆਇਆ ਜਿਸ ਪ੍ਰਸਾਦ ਸਭ ਜਗਤ ਰਾਇ ਤਾਂ ਇਹ ਵਡਿਆਈ ਉਹਨਾਂ ਨੂੰ ਕਿਉਂ ਪ੍ਰਾਪਤ ਹੁੰਦੀ ਹੈ ਤਾਂ ਸਤਿਗੁਰੂ ਜੀ ਬਾਣੀ ਦੇ ਵਿੱਚ ਜਵਾਬ ਵੀ ਦਿੰਦੇ ਨੇ ਕਿ ਹਰ ਆਪਣੀ ਵਡਿਆਈ ਭਾਮ ਦੀ ਜਨਕ ਆਜੇਕਾਰ ਕਰਕਰ ਆਪਣੇ ਪਿਆਰਿਆਂ ਦਾ ਵੀ ਮਾਣ ਸਤਕਾਰ ਸੰਸਾਰ ਦੇ ਵਿੱਚ ਕਰਾਉਂਦਾ ਹੈ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਤਾਂ ਕਰਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ ਜਿਹੜਾ ਮਾਣ ਪ੍ਰਾਪਤ ਹੋਣਾ ਹੈ ਸਤਕਾਰ ਪ੍ਰਾਪਤ ਹੋਣਾ ਹੈ ਇਹ ਸਾਡੇ ਕਰਮਾਂ ਅਨੁਸਾਰ ਹੈ ਕਈ ਸਜਣਾ ਨੂੰ ਬਹੁਤ ਜ਼ਿਆਦੀ ਵਡਿਆਈ ਪ੍ਰਾਪਤ ਹੋਦੀ ਹੈ ਤੇ ਕਈ ਉਸ ਮਾਨ ਸਤਕਾਰ ਵਡਿਆਈ ਵਾਸਤੇ ਬੜਾ ਯਤਨ ਕਰਦੇ ਨੇ ਪਰ ਉਹਨਾਂ ਦੇ ਯਤਨ ਫਲੀ ਭੂਤ ਨਹੀਂ ਹੁੰਦੇ ਉਹਨਾਂ ਦੇ ਯਤਨ ਕਾਮਯਾਬ ਨਹੀਂ ਹੁੰਦੇ ਯਤਨ ਬੜਾ ਹੈ ਤਾਂ ਇਹ ਸਮਝ ਦੇ ਵਿੱਚ ਆਉਂਦਾ ਹੈ ਕਿ ਵਡਿਆਈ ਵੀ ਕਰਮਾਂ ਤੇ ਖਲੋਤੀ ਹੈ ਨਾਮ ਜਪਿਆ ਤੇ ਅਬਨਾਸੀ ਵਡਿਆਈ ਪ੍ਰਾਪਤ ਹੁੰਦੀ ਹੈ ਜਿਹੜੀ ਕਦੀ ਵੀ ਖਤਮ ਨਹੀਂ ਹੋਣੀ ਤੇ ਜਿਹੜੀ ਦੂਸਰੀ ਵੀ ਕੋਈ ਵਡਿਆਈ ਜ਼ਿੰਦਗੀ ਚ ਪ੍ਰਾਪਤ ਹੁੰਦੀ ਹੈ ਉਹ ਕਰਮਾਂ ਤੇ ਖੜੀ ਹੈ ਤੇ ਕਰਮਾਂ ਦਾ ਫਲ ਦਿੰਦਾ ਕੌਣ ਹੈ ਵਾਹਿਗੁਰੂ ਈਸ਼ਵਰ ਪਰਮੇਸ਼ਰ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਆਪ ਜੀ ਕਰਮਾਂ ਅਨੁਸਾਰ ਸਭ ਨੂੰ ਮਾਣ ਦੇਣ ਵਾਲੇ ਹੋ ਸਤਕਾਰ ਦੇਣ ਵਾਲੇ ਹੋ ਆਪ ਜੀ ਦੇ ਤਾਂ ਹੀ ਨਮਸਕਾਰ ਹੈ ਹੁਣ ਕੰਮ ਤੇ ਰੱਬ ਕਰਦਾ ਹੈ ਪਰ ਨਾਮ ਉੱਚਾ ਆਪਣੇ ਸੰਤਾਂ ਦਾ ਕਰਦਾ ਹੈ ਪਿਆਰਿਆਂ ਦਾ ਕਰਦਾ ਹੈ ਤਾਂ ਆਪਣੇ ਸੰਤਾਂ ਸਾਧੂਆਂ ਨੂੰ ਵਡਿਆਈ ਦੇਣ ਵਾਸਤੇ ਕਾਰਜਾਭ ਕਰਦਾ ਹੈ ਪਰ ਨਾਮ ਉਹਨਾਂ ਦਾ ਪ੍ਰਸਿੱਧ ਕਰਦਾ ਹੈ ਤਾਂ ਇਸ ਪ੍ਰਕਾਰ ਮਹਾਪੁਰਸ਼ ਅਰਥ ਕਰ ਲੈਂਦੇ ਨੇ ਕਿ ਜਿੰਨੂੰ ਸਾਰੇ ਹੀ ਮੰਨਦੇ ਨੇ ਤੇ ਮੰਨਣਾ ਵੀ ਪੈਂਦਾ ਹੈ ਹਰ ਜੇਠ ਜੁੜਨ ਦਾ ਲੋੜੀਆ ਜਿਸ ਅੱਗੇ ਸਭ ਨਿਵਾਨ ਐਸੇ ਵਾਹਿਗੁਰੂ ਤਾਂ ਹੀ ਨਮਸਕਾਰ ਹੈ ਜਿਹੜਾ ਸਭ ਨੂੰ ਮਾਣ ਸਤਿਕਾਰ ਦੇਣ ਵਾਲਾ ਹੈ ਐਸੇ ਵਾਹਿਗੁਰੂ ਜੀ ਨੂੰ ਦਸਵੇਂ ਪਾਤਸ਼ਾਹ ਕਹਿੰਦੇ ਨੇ ਕਿ ਨਮਸਕਾਰ ਹੈ ਦੇਖੋ ਕਿੰਡੀ ਵੱਡੀ ਨਿਮਰਤਾ ਦਸਵੇਂ ਪਾਤਸ਼ਾਹ ਦੀ ਸਾਰਾ ਕੁਝ ਕਰਕੇ ਖਾਲਸੇ ਨੂੰ ਵਾਹਿਗੁਰੂ ਦੀ ਝੋਲੀ ਦੇ ਵਿੱਚ ਪਾਇਆ ਜੇ ਫਤਿਹ ਹੁੰਦੀ ਆ ਤਾਂ ਵੀ ਵਾਹਿਗੁਰੂ ਦੀ ਆ ਜੇ ਖਾਲਸਾ ਬਾਦ ਤਾਂ ਵੀ ਵਾਹਿਗੁਰੂ ਦਾ ਹੈ ਸਿੱਖ ਦੀ ਹਰ ਚੀਜ਼ ਹੀ ਪ੍ਰਮਾਤਮਾ ਦੇ ਨਾਲ ਸੁਬੱਧਤ ਕੀਤੀ ਹੁਣ ਆਪਾਂ ਅਰਦਾਸ ਕਰਨ ਲੱਗਿਆਂ ਇਹੋ ਜੇ ਨਿਮਰਤਾ ਤੇ ਬੇਨਤੀਆਂ ਵਾਲੇ ਬਚਨ ਕਈ ਵਾਰੀ ਕਰਦੇ ਆ ਆਪਣੀ ਨਿਮਰਤਾ ਕੀਦਾ ਬੇਨਤੀਆਂ ਵਾਹਿਗੁਰੂ ਜੀ ਅੱਗੇ ਰੱਖਦੇ ਹਾਂ ਕਿ ਕੋਈ ਨਾਉ ਨਾ ਜਾਣੇ ਮੇਰਾ ਵੀ ਹੇ ਸੱਚੇ ਪਾਤਸ਼ਾਹ ਮੇਰਾ ਨਾਂ ਕਿਨੇ ਜਾਣਣਾ ਹੈ ਸਾਰੀ ਵਡਿਆਈ ਤੇ ਤੇਰੀ ਹੈ ਤਾਂ ਇਸ ਨਿਮਰਤਾ ਦਾ ਪਹਿਲਾ ਬੰਦ ਕਿ ਜੋ ਵੀ ਮਾਣ ਹੈ ਸਤਕਾਰ ਹੈ ਵਾਹਿਗੁਰੂ ਜੀ ਤੇਰਾ ਹੈ ਤੇ ਨਮਸਕਾਰਾਂ ਸਾਨੂੰ ਉਹਦਿਆਂ ਨੇ ਸੰਸਾਰ ਦੇ ਹੁੰਦਿਆਂ ਨੇ ਕੰਮ ਰੱਬ ਕਰਦਾ ਹੈ ਨਾਮ ਸੰਤਾਂ ਦਾ ਪ੍ਰਸਿੱਧ ਹੁੰਦਾ ਹੈ ਬੰਦਗੀ ਕਰਨ ਵਾਲਿਆਂ ਦਾ ਹੁੰਦਾ ਹੈ ਤਾਂ ਜਿਹੜਾ ਸਭ ਨੂੰ ਮਾਣ ਸਤਕਾਰ ਦਿਵਾਉਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਤਾਈ ਮਹਾਰਾਜ ਕਹਿੰਦੇ ਨਮਸਕਾਰ ਕਰਦੇ ਅੱਗੇ ਨਾਲ ਹੀ ਕੀ ਕਹਿੰਦੇ ਨੇ ਸਮਸਤੀ ਨਿਧਾਨੇ ਸਮਸਤੀ ਮੈਨੇ ਸਾਰੇ ਨਦਾਨੇ ਨਿੱਧ ਜਮਾਂ ਆਨੇ ਨਿੱਧ ਮੈਨੇ ਖਜ਼ਾਨੇ ਨਿੱਧੀਆਂ ਆਂਦੇ ਮੈਨੇ ਘਰ ਜਿਹੜਾ ਸਾਰੇ ਹੀ ਖਜ਼ਾਨਿਆਂ ਦਾ ਮਾਲਕ ਹੈ ਦੇਂਦਾ ਦੇ ਲੈਂਦੇ ਥੱਕ ਪਾਹ ਤੇ ਫਿਰ ਮੁੱਕ ਨਹੀਂ ਚੱਲਿਆ ਜੁਗਾ ਜੁਗੰਤਰ ਖਾਹੀ ਖਾਏ ਜਿੰਨਾ ਚਿਰ ਸੰਸਾਰ ਰਹੇਗਾ ਉੰਨਾ ਚਿਰ ਖਾਂਦੇ ਹੀ ਰਹਿਣਗੇ ਖਤਮ ਨਹੀਂ ਹੋਵੇਗਾ ਵਾਹਿਗੁਰੂ ਦੀਆਂ ਦਾਤਾਂ ਤਾਂ ਜਿਹੜਾ ਵਾਹਿਗੁਰੂ ਧਰਮ ਅਰਥ ਕਾਮ ਮੋਕਸ਼ ਦੇਣ ਵਾਲਾ ਹੈ ਐਸਾ ਵਾਹਿਗੁਰੂ ਪਰਮੇਸ਼ਰ ਸਾਰਿਆਂ ਖਜ਼ਾਨਿਆਂ ਦਾ ਮਾਲਕ ਹੈ ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਮੇਰੀ ਨਮਸਕਾਰ ਹੈ ਜੀ ਦੇ ਪਾਸੋਂ ਸਭ ਕੁਝ ਪ੍ਰਾਪਤ ਹੁੰਦਾ ਹੈ ਗੁਰਬਾਣੀ ਕਹਿੰਦੀ ਹੈ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਤੋਟ ਨਾ ਆ ਬਈ ਅਗਣਤ ਭਰੇ ਪੰਡਾਰ ਸਤਿਗੁਰੂ ਜੀ ਕੀ ਕਹਿੰਦੇ ਨੇ ਬਾਣੀ ਦੇ ਵਿੱਚ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲੱਗ ਉਹ ਚਾਰ ਪਦਾਰਥ ਕਿਹੜੇ ਨੇ ਧਰਮ ਇੱਕ ਨੰਬਰ ਤੇ ਰੱਖਿਆ ਵੀ ਧਰਮ ਨੂੰ ਨਾਲ ਲੈ ਕੇ ਚਲਿਓ ਦੂਜਾ ਪਦਾਰਥ ਕੀ ਆ ਅਰਥ ਤੀਜਾ ਪਦਾਰਥ ਕੀ ਆ ਕਾਮ ਚੌਥਾ ਪਦਾਰਥ ਕੀ ਆ ਮੋਕਸ਼ ਪਹਿਲ ਧਰਮ ਨੂੰ ਦਿੱਤੀ ਹੈ ਵੀ ਧਰਮ ਤੇ ਚੱਲ ਕੇ ਅਰਥ ਪੈਸਾ ਕਮਾਓ ਤੇ ਜੇ ਕਾਮ ਦਾ ਸੁਖ ਹੈ ਜੇ ਅਰਥ ਕਰੀਏ ਧਰਮ ਤੇ ਚੱਲ ਕੇ ਹੀ ਕਾਮ ਇੱਛਾ ਪੂਰੀ ਕਰੋ ਜੋ ਵੀ ਇੱਛਾ ਬਾਤੇ ਵਿੱਚ ਆਉਂਦੀ ਹੈ ਉਹਨੂੰ ਧਰਮ ਤੇ ਚੱਲ ਕੇ ਹੀ ਪੂਰੀ ਕਰਨੀ ਚਾਹੀਦੀ ਹੈ ਯਤਨ ਕਰਨਾ ਚਾਹੀਦਾ ਹੈ। ਬਾਕੀ ਤੇ ਪਾਪੀ ਮਨ ਹੈ ਨੇ ਨਹੀਂ ਸੁਧਰਨਾ ਪਰ ਯਤਨ ਕਰਨਾ ਚਾਹੀਦਾ ਹੈ। ਤੇ ਜੇ ਧਰਮ ਨੂੰ ਨਾ ਛੱਡੋਗੇ ਤਾਂ ਫਿਰ ਧਰਮ ਚੌਥਾ ਪਦਾਰਥ ਦਿੰਦਾ ਕਿ ਮੋਗਸ਼ ਮੁਕਤੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜਾਂ ਜੰਮਣ ਮਰਤੋ ਰਹਿਤ ਕਰ ਦਿੰਦਾ ਹੈ। ਤੇ ਜੇ ਕੋਈ ਕਮਾਈ ਇੰਨੀ ਨਾਂ ਵੀ ਹੋ ਸਕੇ ਬੰਦਗੀ ਇੰਨੀ ਨਾਂ ਵੀ ਹੋ ਸਕੇ ਵੀ ਮੁਕਤ ਨਾ ਹੋਵੇ ਤਾਂ ਵੀ ਮਾੜੇ ਪਾਸੇ ਦੀ ਜਾਂਦਾ ਗੁਰਸਿੱਖਾਂ ਦੇ ਧਰਮੀ ਪੁਰਸ਼ਾਂ ਦੇ ਪਰਿਵਾਰ ਦੇ ਵਿੱਚ ਆਉਂਦਾ ਹੈ ਫਿਰ ਬੰਦਗੀ ਕਰਦਾ ਹੈ ਫਿਰ ਕਮਾਈ ਕਰਦਾ ਹੈ ਤਾਇਜ਼ ਕਰਕੇ ਸਾਰੇ ਪਦਾਰਥਾਂ ਦਾ ਦਾਤਾ ਕੌਣ ਹੈ ਦਦਾ ਦਾਤਾ ਏਕ ਹੈ ਸਮਸਤੀ ਨਿਧਾਨੇ ਸਾਰੀਆਂ ਨਿੱਧੀਆਂ ਖਜ਼ਾਨਿਆਂ ਦਾ ਮਾਲਕ ਕੋਈ ਹੈ ਧਰਮ ਦਾ ਵੀ ਅਰਥ ਦਾ ਵੀ ਕਾਮ ਦਾ ਵੀ ਮੋਕਸ਼ ਦਾ ਵੀ ਪਰ ਅੱਜ ਕੱਲ ਕੀ ਹੋ ਗਿਆ ਹੈ ਵੀ ਲੋਕ ਧਰਮ ਛੱਡ ਕੇ ਸਿੱਧਾ ਅਰਥ ਮੈਨੇ ਪੈਸਾ ਕਮਾਉਂਦੇ ਧਰਮ ਛੱਡ ਕੇ ਕਾਮ ਆਪਦੀ ਇੱਛਾ ਪੂਰੀ ਕਰਦੇ ਇਸ ਕਰਕੇ ਮੋਕਸ਼ ਮੁਕਤੀ ਦੀ ਪ੍ਰਾਪਤੀ ਹੁੰਦੀ ਨਹੀਂ ਤਾਂ ਵਾਹਿਗੁਰੂ ਜੀ ਦੇਣ ਵਾਲੇ ਨੇ ਜਾਂ ਵਾਹਿਗੁਰੂ ਦੇ ਪਿਆਰੇ ਗੁਰਸਿੱਖ ਮਹਾਤਮਾ ਇਹਨਾਂ ਦੀ ਅਰਦਾਸ ਵੀ ਮੰਨਦਾ ਹੈ ਸੁਣਦਾ ਹੈ ਤਾਂ ਮਾਰੇ ਕਹਿੰਦੇ ਚਾਰ ਪਦਾਰਥਾਂ ਦੀ ਦਾਤ ਸਮਸਤ ਖਜ਼ਾਨੇ ਸਭ ਨਿਧਾਨ ਦਸ ਅਸ਼ਟ ਸਿਧਾਂਤ ਠਾਕੁਰ ਕਰਤਲ ਧਰਿਆ ਜਿਹੜੇ ਬੰਦਗੀ ਕਰਨ ਵਾਲੇ ਨੇ ਉਹਨਾਂ ਵਾਸਤੇ ਇਹ ਸਾਰਾ ਕੁਝ ਕੱਢ ਕੇ ਆਪਣੇ ਹੱਥ ਦੀ ਤਲੀ ਤੇ ਰੱਖਿਆ ਉਹ ਜੇਬ ਦੇ ਵਿੱਚ ਹੱਥ ਪਾਉਂਦਿਆਂ ਟਾਈਮ ਲੱਗਦਾ ਬੰਦਗੀ ਕਰੀ ਜਾਓ ਸੇਵਾ ਕਰੀ ਜਾਓ ਤੇ ਚੁੱਕੀ ਚੱਲੋ ਲਈ ਚੱਲੋ ਜੋ ਵੀ ਚਾਹੀਦਾ ਹੈ ਬੰਦਗੀ ਤੇ ਸੇਵਾ ਨੂੰ ਭਾਗ ਤਾਂ ਮਹਾਰਾਜ ਸਾਰੇ ਹੀ ਨਿਧਾਨੇ ਖਜ਼ਾਨਿਆਂ ਦਾ ਘਰ ਹੈ ਜੋ ਵੀ ਇੱਛਾ ਹੋਵੇ ਉਹ ਸਤਿਗੁਰੂ ਜੀ ਦੇ ਦਰ ਤੋਂ ਵਾਹਿਗੁਰੂ ਜੀ ਪੂਰੀ ਕਰਦੇ ਨੇ ਐਸੇ ਵਾਹਿਗੁਰੂ ਤਾਈ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਨਮਸਕਾਰ ਹੈ ਨਮੋ ਦੇਵ ਦੇਵੇ ਨਮੋ ਦੇਵ ਦੇਵੇ ਅਪੇਖੀ ਆਪੇਵੇ ਨਮਸਕਾਰ ਹੈ ਵਾਹਿਗੁਰੂ ਜੀ ਤਾਈ ਪਰਮੇਸ਼ਰ ਦੇ ਤਾਈ ਜਿਹੜਾ ਦੇਵ ਦੇਵਾਂ ਦਾ ਵੀ ਦੇਵ ਦੇਵਤਿਆਂ ਦਾ ਵੀ ਦੇਵਤਾ ਹੈ ਵੈਸੇ ਦੇਵ ਸ਼ਬਦ ਦੇ ਤਿੰਨ ਮੁੱਖ ਅਰਥ ਕੀਤੇ ਨੇ ਦੇਵ ਮੈਨੇ ਜਿਹਦੀ ਪੂਜਾ ਕੀਤੀ ਜਾਵੇ ਸਤਕਾਰ ਕੀਤਾ ਜਾਵੇ ਜਿਵੇਂ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਬੰਧਪ ਸੋਹਦਰਾ ਗੁਰੂ ਸਾਹਿਬ ਦਾ ਅਸੀਂ ਪੂਜਨ ਕਰਦੇ ਆਂ ਮਾਤਾ ਪਿਤਾ ਦਾ ਸਤਕਾਰ ਕਰਦੇ ਆਂ ਦੇਵ ਮੈਨੇ ਜਿਹਦੀ ਪੂਜਾ ਕੀਤੀ ਜਾਵੇ ਤਾਂ ਨਮੋ ਦੇਵ ਦੇਵੇ ਨਮਸਕਾਰ ਹੈ ਉਸ ਵਾਹਿਗੁਰੂ ਨੂੰ ਜਿਹੜਾ ਦੇਵ ਪੂਜਣ ਯੋਗ ਉਹ ਕੌਣ ਨੇ ਦੇਵੀ ਦੇਵਤੇ ਜਿਨ੍ਹਾਂ ਦੀ ਸੰਸਾਰ ਪੂਜਾ ਕਰਦਾ ਹੈ ਉਹ ਦੇਵੀ ਦੇਵਤੇ ਅੱਗੇ ਫੇਰ ਦੇਵੇ ਕੀ ਦੀ ਪੂਜਾ ਕਰਦੇ ਨੇ ਉਹ ਪਰਮੇਸ਼ਰ ਦੀ ਪੂਜਾ ਕਰਦੇ ਨੇ ਤਾਂ ਜਿਹੜਾ ਪੂਜਣ ਯੋਗਾ ਦਾ ਵੀ ਪੂਜਣ ਯੋਗ ਹੈ ਦੇਵ ਦਾ ਮਹਾਪੁਰਸ਼ ਦੂਸਰਾ ਅਰਥ ਕਰਦੇ ਨੇ ਪ੍ਰਕਾਸ਼ ਜਿਹੜਾ ਪ੍ਰਕਾਸ਼ ਰੂਪ ਹੈ ਦੇਵ ਦਾ ਤੀਸਰਾ ਅਰਥ ਜਿਹੜਾ ਮੁੱਖ ਜਾਦਾ ਕੀਤਾ ਜਾਂਦਾ ਹੈ ਦੇਵ ਮੈਨ ਦੇਣ ਵਾਲਾ ਜਿਹਦੇ ਪਾਸੋਂ ਕੋਈ ਵਸਤੂ ਪ੍ਰਾਪਤ ਹੋਵੇ ਉਹਨੂੰ ਫਿਰ ਆਪਾਂ ਦੇਵਤਾ ਕਹਿ ਦਿੰਦੇ ਨਾ ਦੇਣ ਵਾਲਾ ਤਾਂ ਦੇਵਤੇ ਜਿਹੜੀਆਂ ਦਾਤਾਂ ਸੰਸਾਰ ਨੂੰ ਵੰਡਦੇ ਪਏ ਨੇ ਉਹਨਾਂ ਨੂੰ ਕੌਣ ਦੇਣ ਵਾਲਾ ਹੈ ਉਹਨਾਂ ਨੂੰ ਵੀ ਅੱਗੇ ਦੇਣ ਵਾਲਾ ਕੌਣ ਹੈ ਪਰਮੇਸ਼ਰ ਉਹ ਪਰਮੇਸ਼ਰ ਦੀ ਪੰਦਗੀ ਕਰਦੇ ਨੇ ਤਾਂ ਜਿਹੜੇ ਸੰਸਾਰ ਨੂੰ ਦਾਤਾਂ ਦੇ ਰਹੇ ਨੇ ਉਹਨਾਂ ਨੂੰ ਵੀ ਅੱਗੇ ਦੇਣ ਵਾਲਾ ਦੇਵਾਂ ਦਾ ਵੀ ਦੇਵ ਪ੍ਰਕਾਸ਼ ਰੂਪ ਦਾ ਵੀ ਪ੍ਰਕਾਸ਼ ਰੂਪ ਪੂਜਣ ਯੋਗਾ ਦਾ ਵੀ ਪੂਜਣ ਯੋਗ ਦਾਤਿਆਂ ਦਾ ਵੀ ਦਾਤ ਜਿਹਨੂੰ ਦਸਵੇਂ ਪਾਤਸ਼ਾਹ ਮਹਾਦਾਨੀ ਕਹਿੰਦੇ ਨੇ ਆਪਣੀ ਬਾਣੀ ਦੇ ਵਿੱਚ ਐਸੇ ਵਾਹਿਗੁਰੂ ਜੀ ਦੇ ਤਾਂ ਹੀ ਨਮਸਕਾਰ ਹੈ ਕਿਉਂ ਬਾਕੀ ਸਾਰੇ ਕੋਈ ਇੱਕ ਚੀਜ਼ ਦੇ ਸਕਦਾ ਹੈ ਕੋਈ ਦੋਸ ਦੇ ਸਕਦਾ ਹੈ ਕੋਈ ਕੋਈ ਇੱਛਾ ਪੂਰੀ ਕਰ ਸਕਦਾ ਕੋਈ ਕੋਈ ਕਰ ਸਕਦਾ ਪਰ ਸਾਰੀਆਂ ਇਸ਼ਾਵਾਂ ਹਰ ਕੋਈ ਨਹੀਂ ਪੂਰੀਆਂ ਕਰ ਸਕਦਾ ਸਾਰੇ ਪਦਾਰਥ ਹਰ ਕੋਈ ਨਹੀਂ ਦੇ ਸਕਦਾ ਤੱਕ ਸ੍ਰੀ ਪਟਨਾ ਸਾਹਿਬ ਦੇ ਲਾਗੇ ਹਿੰਦੂ ਧਰਮ ਦਾ ਬੁੱਧ ਧਰਮ ਦਾ ਜੈਨ ਧਰਮ ਦਾ ਬੜਾ ਵੱਡਾ ਤੀਰਥ ਹੈ ਗਿਆ ਜਿੱਥੇ ਮਹਾਤਮਾ ਬੁੱਧ ਨੂੰ ਗਿਆਨ ਹੋਇਆ ਬੋਧ ਹੋਇਆ ਗੌਤਮ ਜੀ ਨੂੰ ਉਹਨੂੰ ਬੋਧ ਗਿਆ ਕਹਿ ਦਿੰਦੇ ਤੇ ਮਰਨ ਤੋਂ ਬਾਅਦ ਜਿੱਥੇ ਪਿੰਡ ਭਰੇ ਜਾਂਦੇ ਨੇ ਉਹਨੂੰ ਗਿਆ ਕਹਿ ਦਿੰਦੇ ਨੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਗਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗਏ ਤੇ ਬਾਬਾ ਸ੍ਰੀ ਚੰਦ ਸਾਹਿਬ ਮਹਾਰਾਜ ਵੀ ਗਏ Hindu ਧਰਮ ਦਾ ਬੜਾ ਵੱਡਾ ਤੀਰਥ ਹੈ ਜਵੇਂ ਸਿੱਖਾਂ ਦੇ ਵਿੱਚ ਪੰਜਾ ਸਾਹਿਬ ਹੈ ਇਦਾਂ ਭਗਵਾਨ ਵਿਸ਼ਨੂੰ ਜੀ ਨੇ ਉੱਥੇ ਆਪਣਾ ਚਰਨ ਲਾਇਆ ਉਸ ਧਰਤੀ ਤੇ ਉਹਨਾਂ ਦੇ ਚਰਨ ਦੀ ਪੂਜਾ ਹੁੰਦੀ ਤਾਂ ਸਾਖੀ ਤੇ ਬੜੀ ਲੰਮੀ ਹੈ ਕਿ ਗਿਆਸੁਰ ਨਾਮ ਦਾ ਰਾਖਸ਼ ਹੋਇਆ ਬੇੰਤੀ ਪਰ ਕਰਨ ਇਹ ਚੱਲਦਾ ਪਿਆ ਨਾਲ-ਨਾਲ ਚੇਤੇ ਕਰਾਦਾ ਜਿਹੜੇ ਦਾਤਾਂ ਦੇਣ ਵਾਲੇ ਨੇ ਉਹਨਾਂ ਨੂੰ ਵੀ ਕੋਈ ਦੇਣ ਵਾਲਾ ਤਾਂਬ ਕਰਕੇ ਹਿਰਦਾ ਪਵਿੱਤਰ ਹੋਇਆ ਤੇ ਬ੍ਰਹਮਾ ਜੀ ਤੋਂ ਵਰ ਮੰਗ ਲਿਆ ਵੀ ਜਿੱਧਰ ਮੇਰੀ ਨਿਗਾਹ ਜਾਵੇ ਜਿਹੜਾ ਮੇਰੇ ਮੱਥੇ ਲੱਗੇ ਉਹਦੇ ਪਾਪ ਖਤਮ ਹੋ ਜਾਣ ਸਵਰਗਾਂ ਨੂੰ ਜਾਵੇ ਜਿਹੜਾ ਮੇਰੀ ਨਿਗਾਹ ਦੀ ਰੇਂਜ ਵਿੱਚ ਵੀ ਆ ਜਾਏ ਮਾਰਚ ਵੀ ਆ ਜਾਏ ਕਉ ਤਾਪ ਕਰ ਕਰਕੇ ਹਿਰਦਾ ਪਵਿੱਤਰ ਹੋ ਗਿਆ ਸੀ ਪਰ ਉਪਕਾਰੀ ਹੋ ਗਿਆ ਹੈ ਰਾਖਸ਼ ਪਰ ਬੰਦਗੀ ਜਿਹੜੀ ਹੈ ਉਹ ਰਾਖਸ਼ਾਂ ਨੂੰ ਦੇਵਤੇ ਬਣਾ ਦਿੰਦੀ ਹੈ ਹਿਰਦਾ ਬਦਲ ਦਿੰਦੀ ਹੈ ਹੁਣ ਸਾਰੇ ਲੋਕ ਇਸ ਸਵਰਗਾਂ ਨੂੰ ਜਾਣ ਲੱਗ ਪਏ ਧਰਮ ਰਾਜਾ ਯਮ ਰਾਜਾ ਉਹ ਬੜੇ ਦੁਖੀ ਵਿਹਲੇ ਬੈਠੇ ਵੀ ਆ ਚੰਗੀ ਗੱਲ ਹੋਈ ਨਾ ਕੋਈ ਬੰਦਗੀ ਕਰੇ ਨਾ ਕੋਈ ਜਾਪ ਕਰੇ ਨਾ ਕੋਈ ਤਪ ਕਰੇ ਬਸ ਉਹਦੇ ਮੱਥੇ ਲੱਗੋ ਤੇ ਸਵਰਗਾਂ ਦੀ ਟਿਕਟ ਪੱਕੀ ਆ ਤੁਹਾਡੇ ਵੀਜ਼ਾ ਲੱਗਾ ਹੀ ਲੱਗਾ ਤਾਂ ਭਗਵਾਨ ਵਿਸ਼ਨੂੰ ਜੀ ਨੂੰ ਬੇਨਤੀ ਕੀਤੀ ਬ੍ਰਹਮਾ ਜੀ ਨੇ ਕਿ ਮਹਾਰਾਜ ਹੁਣ ਉਹਨੇ ਬੰਦਗੀ ਕੀਤੀ ਆ ਤੇ ਬੰਦਗੀ ਦਾ ਫਲ ਤੇ ਦੇਣਾ ਹੀ ਪੈਂਦਾ ਹੁਣ ਤੁਸੀਂ ਸੰਭੋ ਇਹ ਮਰਿਆਦਾ ਵਿਗੜ ਗਈ ਸੰਸਾਰ ਦੀ ਵੀ ਜਿਹੜੇ ਸ਼ੈਤਾਨ ਬੰਦੇ ਨੇ ਚਤਰ ਬੰਦੇ ਨੇ ਉਹ ਪਾਪ ਉਪ ਕਰਕੇ ਤੇ ਚਲੋ ਜੀ ਗਿਆ ਸੁਰਜੀ ਦੇ ਮੱਥੇ ਲੱਗੋ ਤੇ ਪਾਪ ਖਤਮ ਤਾਂ ਕਹਿੰਦੇ ਚਲੋ ਮੈਂ ਦੇਖਦਾ ਕੀ ਕਰਦਾ ਤਾਂ ਭਗਵਾਨ ਆਏ ਗਿਆ ਸੁਰਜੀ ਨੂੰ ਕਹਿਣ ਲੱਗੇ ਵੀ ਮੈਨੂੰ ਨਾ ਪਵਿੱਤਰ ਧਰਤੀ ਚਾਹੀਦੀ ਆ ਜਿੱਥੇ ਮੈਂ ਯੱਗ ਕਰਨਾ ਹਵਨ ਕਰਨਾ ਵਾਹਿਗੁਰੂ ਕਹਿੰਦਾ ਮਹਾਰਾਜ ਵੀ ਸਾਰੀ ਤੁਹਾਡੀ ਹੈ ਕਹਿੰਦੇ ਮੈਨੂੰ ਤੇ ਤਿੰਨਾਂ ਲੋਕਾਂ 'ਚ ਕੋਈ ਪਵਿੱਤਰ ਲੱਭੀ ਨਹੀਂ ਕਹਿੰਦੇ ਜੀ ਫਿਰ ਦਾਸ ਕੀ ਸੇਵਾ ਕਰੇ ਕਹਿੰਦੇ ਤੇਰਾ ਸਰੀਰ ਸਭ ਤੋਂ ਪਵਿੱਤਰ ਆ ਇਹ ਤੂੰ ਮੈਨੂੰ ਸਰੀਰ ਦੇ ਦੇ ਆਪਣਾ ਹਵਨ ਕਰਨ ਵਾਸਤੇ ਹੁਣ ਰਾਖਸ਼ਾਂ ਦੇ ਸਰੀਰ ਵੱਡੇ ਹੁੰਦੇ ਆ ਉਹਦੇ ਨਿੱਕਾ ਜਿਹਾ ਉੱਤੇ ਕੁੰਡ ਬਣਨਾ ਸੀ ਤੇ ਮੈਂ ਤੇਰੇ ਸਰੀਰ ਤੇ ਹਵਨ ਕਰਨਾ ਕਿਉਂ ਤੇਰ ਤੋਂ ਪਵਿੱਤਰ ਕੋਈ ਧਰਤੀ ਨਹੀਂ ਆ ਧਰਤੀ ਨੂੰ ਸਰੀਰ ਮੰਨਿਆ ਸਰੀਰ ਨੂੰ ਧਰਤੀ ਮੰਨਿਆ ਚਲੋ ਉਹਨਾਂ ਆਖਿਆ ਜੀ ਠੀਕ ਆ ਜੀ ਕੋਈ ਨਹੀਂ ਤਾਂ ਫਿਰ ਉਹ ਮੌਤ ਤੇ ਹੋਣੀ ਸੀ ਜਦੋਂ ਸਾਹ ਘੁੱਟਣ ਲੱਗਾ ਤਾਂ ਭਗਵਾਨ ਜੀ ਨੂੰ ਕਹਿਣ ਲੱਗੇ ਵੀ ਭਗਵਾਨ ਮੈਨੂੰ ਕਿਸ ਜਨਮ ਦੇ ਪਾਪ ਦੀ ਸਜ਼ਾ ਦੇਣ ਲੱਗਾ ਵੀ ਮੈਂ ਤਾਂ ਸਾਰੀ ਉਮਰ ਜਾਪ ਤਪ ਕੀਤਾ ਕਿਸੇ ਦਾ ਮਾੜਾ ਨਹੀਂ ਕੀਤਾ ਤੇ ਤੂੰ ਚੰਗੀ ਕਰ ਲੱਗਿਆ ਵੀ ਹੁਣ ਮੇਰੇ ਸਰੀਰ ਤੇ ਹਵਨਕੁੰਡ ਬਣਾ ਕੇ ਤੇ ਮੇਰਾ ਸਰੀਰ ਤੇ ਫਿਰ ਖਤਮ ਹੋਣਾ ਹੀ ਆ ਤਾਂ ਭਗਵਾਨ ਕਹਿੰਦੇ ਵੀ ਗੱਲ ਇਹ ਆ ਵੀ ਮੈਨੂੰ ਤੈਨੂੰ ਮਾਰਨਾ ਹੀ ਪੈਣਾ ਉਹ ਕਿਉਂ ਤੁਸੀਂ ਧਰਤੀ ਦੀ ਮਰਿਆਦਾ ਵਿਗਾੜਤੀ ਤੇ ਤੂੰ ਰਾਖਸ਼ ਆ ਜੇ ਲੜ ਕੇ ਵੇਖਣਾ ਤੇ ਤੇਰੀ ਇੱਛਾ ਮਾਰਨਾ ਮੈਨੂੰ ਫੇਰ ਵੀ ਪੈਣਾ ਤੇ ਵੀ ਜੇ ਤੂੰ ਲੜਨਾ ਤੇ ਲੜਲਾ ਤੇਰੀ ਇੱਛਾ ਨਾ ਰਵੇ ਜਿੱਦਾਂ ਲਿਖਿਆ ਗ੍ਰੰਥਾਂ ਦੇ ਵਿੱਚ ਮਹਾਂਪੁਰਸ਼ ਸੁਣਾਉਂਦੇ ਤਾਂ ਉਹ ਕਹਿੰਦਾ ਭਗਵਾਨ ਜੇ ਮੈਂ ਲੜਨਾ ਹੀ ਹੁੰਦਾ ਤੇ ਬੰਦਗੀ ਕਿਉਂ ਕਰਨੀ ਸੀ ਜਿਹੜੇ ਤੈਨੂੰ ਮੰਨਦੇ ਉਹਨਾਂ ਤੇਰੇ ਨਾਲ ਲੜ ਕੇ ਕੀ ਕਰਨਾ ਨਾਲੇ ਤੇਰੇ ਨਾਲ ਲੜ ਕੇ ਕੌਣ ਜਿੱਤਦਾ ਰੱਬ ਨਾਲ ਲੜ ਕੇ ਜਿੱਤਿਆ ਕੋਈ ਅਜੇ ਤੱਕ ਕੋਈ ਵੀ ਨਹੀਂ ਜਿੱਤ ਸਕਦਾ ਰੱਬ ਦੇ ਨਾਲ ਲੜ ਕੇ ਤਾਂ ਥੋੜੇ ਚਿਰ ਦਾ ਗੁੱਸਾ ਹੁੰਦਾ ਫਿਰ ਆਪੇ ਅੱਖਾਂ ਖੁੱਲ ਜਾਂਦੀਆਂ ਵੀ ਇਹਦੇ ਬਿਨਾ ਸਰਦਾ ਨਹੀਂ ਆ ਤੇ ਜੋ ਕਰਦਾ ਠੀਕ ਕਰਦਾ ਪਰ ਪਹਿਲਾਂ ਪਹਿਲਾਂ ਤੇ ਇੱਕ ਵਾਰੀ ਅੱਗ ਲੱਗਦੀ ਨਾ ਵੀ ਕਿਤੇ ਹੋਵੇ ਹਾਂ ਥੱਲੇ ਅਕ ਕਿਸੇ ਦੇ ਘਰ ਮੌਤ ਹੋ ਜੇ ਨਾ ਤੇ ਮਾਈਆਂ ਦੀਆਂ ਗੱਲਾਂ ਸੁਣਿਆ ਕਰੋ ਪਤਾ ਨਹੀਂ ਕਿਹੜੇ ਗ੍ਰੰਥ ਪੜ੍ਹੇ ਇਹਨਾਂ ਨੇ ਇਹੋ ਜੀ ਗੱਲ ਕੱਢ ਕੇ ਲਿਆਉਂਦੀਆਂ ਨੇ ਕਿਸੇ ਦਾ ਮੁੰਡਾ ਚੜ੍ਹਾਈ ਕਰ ਗਿਆ ਹੈ ਤਾਂ ਬੜੇ ਦੁਖ ਖਾਲੀ ਗੱਲਾਂ ਤੇ ਇੱਕ ਮਾਈ ਕਹਿੰਦੀ ਰੱਬ ਨਾ ਤੁਹਾਡੇ ਨਾਲ ਥੱਲੇ ਉੱਤਰ ਕੇ ਲੜਿਆ ਕਿ ਜਿੱਦਾਂ ਚੇਚਾ ਅਪਾਇੰਟਮੈਂਟ ਲੈ ਕੇ ਆਇਆ ਸੀ ਤੁਹਾਡੇ ਨਾਲ ਲੜਨ ਵਾਸਤੇ ਤਾਂ ਪਰਮੇਸ਼ਰ ਨੂੰ ਅਸੀਂ ਮਿਹਣੇ ਤੇ ਦਿਨੇ ਆ ਤੇ ਭਾਣੇ ਦੇ ਉਲਟ ਵੀ ਬੇਈਮਾਨ ਮਨ ਜਿਹੜਾ ਸਾਡਾ ਜਾਂਦਾ ਮੰਨਣ ਨੂੰ ਤਿਆਰ ਨਹੀਂ ਹੁੰਦਾ ਤਾਂ ਕਹਿੰਦਾ ਭਗਵਾਨ ਜੇ ਤੇਰ ਨਾਲ ਹੀ ਲੜਨਾ ਸੀ ਤੇ ਤੇਰ ਨਾਲ ਲੜ ਕੇ ਜਿੱਤਿਆ ਕੋਣ ਆ ਰੱਬ ਨਾਲ ਲੜ ਕੇ ਜਿੱਤਿਆ ਅਜੇ ਤੱਕ ਕੋਈ ਜਿਨੇ ਜਿਨੇ ਵਹਿਮ ਪਾਲੇ ਸਾਰਿਆਂ ਦੇ ਨਿਕਲ ਗਏ ਅਖੀਰ ਝੁਗਣਾ ਹੀ ਪਿਆ ਉਹਦੇ ਅੱਗੇ ਤਾਂ ਕਹਿੰਦੇ ਤੂੰ ਬੰਦਗੀ ਕੀਤੀ ਐ ਤੂੰ ਐ ਕਰ ਵਾਰ ਮੰਗ ਤੇਰਾ ਰੋਸ ਨਾ ਰਵੇ ਤਾਂ ਗਿਆ ਸੁਰਜੀ ਨੇ ਫਿਰ ਵਾਰ ਮੰਗਿਆ ਵੀ ਇੱਕ ਆਪਣਾ ਚਰਨ ਇੱਥੇ ਲਾਓ ਦੂਜਾ ਜੇ ਇਸ ਜਗ੍ਹਾ ਤੇ ਮੈਂ ਬਹਿ ਕੇ ਤਾਪ ਕੀਤਾ ਇਸ ਏਰੀਏ ਦੇ ਵਿੱਚ ਜੀ ਦੇ ਮਰਨ ਤੋਂ ਬਾਅਦ ਪਿੰਡ ਭਰੇ ਜਾਣਗੇ ਉਹ ਸਵਰਗਾਂ ਨੂੰ ਜਾਵੇ ਉਹਨਾਂ ਆਖਿਆ ਵੀ ਇਦਾਂ ਹੀ ਹੋਵੇਗਾ ਉਹਦੀ ਘਰ ਵਾਲੀ ਸੀ ਫਲਗੂ ਨਦੀ ਜਿਹੜੀ ਉੱਥੇ ਲਾਗੇ ਨਦੀ ਵਗਦੀ ਨਾ ਫਲਗੂ ਉਹਨੇ ਆਖਿਆ ਵੀ ਆਪ ਤੇ ਤੂੰ ਅਮਰ ਹੋ ਗਿਆ ਬੰਦਗੀ ਕਰਕੇ ਵੀ ਮੈਂ ਤੇਰੀ ਸੇਵਾ ਕਰਦੀ ਰਹੀ ਹਾਂ ਰੋਟੀ ਪਾਣੀ ਸਾਰਾ ਕਪੜਾ ਲੀਡਾਲ ਵੀ ਬੰਦਗੀ ਤੇ ਤੂੰ ਤਾਂ ਹੀ ਕੀਤੀ ਆ ਨਾ ਮੇਰਾ ਵੀ ਤੇ ਹਿੱਸਾ ਬਣਦਾ ਵਾ ਤਾਂ ਉਹਨੇ ਵੀ ਵਰ ਮੰਗਿਆ ਉਹਦੀ ਵੀ ਇੱਛਾ ਮਹਾਰਾਜ ਨੇ ਪੂਰੀ ਕੀਤੀ ਤਾਂ ਉਸ ਰਾਖਸ਼ ਰਾਖਸ਼ਸ ਦੇ ਨਾਂ ਤੇ ਫਿਰ ਉਹ ਗਿਆ ਜਿਹੜਾ ਰਾਖਸ਼ ਦੀ ਧਰਤੀ ਸੀ ਬੰਦਗੀ ਕਰਕੇ ਤੀਰਥ ਬਣ ਗਿਆ ਤਾਂ ਉਹ ਤੇ ਭਗਵਾਨ বিষ্ণੂ ਜੀ ਦਾ ਚਰਨ ਲੱਗਾ ਹੋਇਆ ਜਦੋਂ ਕਿਤੇ ਸ੍ਰੀ ਰਾਮਚੰਦਰ ਜੀ ਆਏ ਜਿਵੇਂ ਧਾਰਮਿਕ ਗ੍ਰੰਥਾਂ ਦੇ ਵਿੱਚ ਬਚਨ ਆਉਂਦੇ ਸੰਤ ਸੁਣਾਉਂਦੇ ਨੇ ਤਾਂ ਦਸ਼ਰਥ ਦੇ ਪਿੰਡ ਭਰਨੇ ਸਨ ਭਗਵਾਨ ਰਾਮ ਕਹਿੰਦੇ ਜੰਗਲ ਚੋਂ ਨਿਕਲ ਕੇ ਵੀ ਮੈਂ ਬਾਜ਼ਾਰ ਚੋਂ ਸਮਾਨ ਲੈ ਆਵਾਂ ਤੇ ਤੁਸੀਂ ਇਦਾਂ ਕਰੋ ਵੀ ਤਿਆਰੀ ਕਰੋ ਪਰ ਉਹ ਕਿਤੇ ਟਾਈਮ ਲੰਘਦਾ ਜਾਵੇ ਜਿਹੜੇ ਟਾਈਮ ਪਿੰਡ ਭਰਦੇ ਹੋਣਗੇ ਜੋਤ ਅਨਸਾਰ ਤਾਂ ਉਹਨੇ ਦਸ਼ਰਤ ਦੀ ਰੂਹ ਨੇ ਭਗਵਾਨ ਦੀ ਘਰ ਵਾਲੀ ਮਾਤਾ ਸੀਤਾ ਨੂੰ ਆਖਿਆ ਵੀ ਤੂੰ ਪਿੰਡ ਭਰ ਦੇ ਉਹ ਕਹਿੰਦੇ ਵੀ ਮੈਂ ਤਾਂ ਹੁਣ ਇਸਤਰੀ ਜਾਮਾ ਵਾਂ ਜਨਾਨੀ ਦਾ ਸਰੀਰ ਹੈ ਮੈਂ ਕਿਦਾਂ ਭਰ ਸਕਦੀ ਜੋ ਇਹਨਾਂ ਦੀ ਮਰਿਆਦਾ ਹੋਵੇਗੀ ਬਹੁਤੀ ਤੇ ਆਪਾਂ ਨੂੰ ਪਤਾ ਨਹੀਂ ਉਹ ਕਹਿੰਦੇ ਦਸ਼ਰਤ ਦੀ ਰੂਹ ਕਹਿੰਦੀ ਤੂੰ ਸ਼ੰਕਾ ਨਾ ਕਰ ਤੂੰ ਭਰਦੇ ਨਹੀਂ ਤੇ ਟਾਈਮ ਲੰਘ ਜਾਣਾ ਉਹ ਕਹਿੰਦੀ ਵੀ ਅਸੀਂ ਤੇ ਹੁਣ ਜੰਗਲ ਚ ਰਹੀਨੇ ਸਾਡੇ ਕੋਲੇ ਤੇ ਕੁਝ ਵੀ ਨਹੀਂ ਆ ਉਹ ਕਹਿੰਦਾ ਰੇਤਾ ਦੇ ਹੀ ਲੱਡੂ ਵੰਡਦੇ ਰੇਤਾ ਦੇ ਲੱਡੂ ਆਪਣੇ ਵਟ ਕੇ ਨਾ ਪਿੰਡ ਬਣਾ ਕੇ ਛੋਟੇ ਛੋਟੇ ਕੋਈ ਸੰਕਲਪ ਕਰਦੇ ਚਲੋ ਉਹਨਾਂ ਨੇ ਕਰਤਾ ਤੇ ਦਸ਼ਰਤ ਦੀ ਰੂਹ ਕਹਿੰਦੇ ਸਵਰਗਾਂ ਨੂੰ ਚਲੇ ਗਈ ਜਿਵੇਂ ਧਾਰਮਿਕ ਗ੍ਰੰਥਾਂ ਚ ਲਿਖਿਆ ਹੈ ਸ਼੍ਰੀ ਰਾਮਚੰਦਰ ਜੀ ਆਏ ਉਹਨਾਂ ਨੂੰ ਗੁੱਸਾ ਚੜਿਆ ਵੀ ਮੇਰੇ ਬਜ਼ੁਰਗਾਂ ਵਾਸਤੇ ਰੇਤਾ ਹੀ ਲੱਭੀ ਸੀ ਖਵਾਉਣ ਨੂੰ ਜਾਂ ਪਿੰਡ ਭਰ ਨੂੰ ਮਾਤਾ ਕਹਿਣ ਲੱਗੀ ਸੀਤਾ ਵੀ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਫਿਰ ਗਵਾਹੀ ਕੀ ਆ ਵੀ ਤੇਰੇ ਪਿੰਡ ਭਰੇ ਰੱਬ ਨੇ ਪ੍ਰਵਾਨ ਕਰ ਲਏ ਤੇ ਉਹ ਸਵਰਗਾਂ ਨੂੰ ਚਲੇ ਗਏ ਤਾਂ ਉੱਥੇ ਗਊ ਖਲੋਤੀ ਸੀ ਉਹ ਕਹਿੰਦੇ ਵੀ ਆ ਗਊ ਮੇਰੇ ਸਾਹਮਣੇ ਸੀ ਜਦੋਂ ਮੈਂ ਭਰੇ ਆ ਤੇ ਕਹਿੰਦੇ ਤ੍ਰੇਤੇ ਯੁਗ ਚ ਕੁੱਤੇ ਦੀ ਭਾਸ਼ਾ ਗਊ ਦੀ ਭਾਸ਼ਾ ਇਦਾਂ ਸਾਰੇ ਸਮਝ ਲੈਂਦੇ ਸੀ ਉਹ ਗਊ ਮੁਕਰ ਗਈ ਉਹਨੇ ਗਵਾਈ ਨਾ ਦਿੱਤੀ ਤੇ ਕਹਿੰਦੇ ਸੀਤਾ ਨੇ ਫਿਰ ਗਊ ਨੂੰ ਸ਼ਰਾਪ ਦਿੱਤਾ ਵੀ ਤੇਰਾ ਮੂੰਹ ਝੂਠਾ ਰਹੂਗਾ ਤੇ ਕਾਲੀ ਯੁਗ ਚ ਤੂੰ ਗੰਦ ਚੁੱਕ ਕੇ ਖਾਇਆ ਕਰੇਂਗੀ ਆ ਜਿਹੜੀਆਂ ਤੁਰੀਆਂ ਫਿਰਦੀਆਂ ਨੇ ਚਾਰੇ ਪਾਸੇ ਇਹ ਸੀਤਾ ਦਾ ਸ਼ਰਾਪ ਇਹਨਾਂ ਨੂੰ ਗਾਵਾਂ ਨੂੰ ਵੀ ਵਾਰਾ ਤੁਰਿਆ ਕਰੋਗੀ ਤੇ ਗੰਦ ਚੁੱਕ ਚੁੱਕ ਕੇ ਖਾਇਆ ਕਰੋਗੀ ਤਾਂ ਮੂੰਹ ਤੁਹਾਡਾ ਝੂਠਾ ਰਹੇ ਉਥੇ ਇੱਕ ਬੋਰਡ ਦਾ ਦਰਖਤ ਸੀ ਹੁਣ ਜਿਵੇਂ ਲਿਖਿਆ ਵਾ ਸਿਰਫ ਨਚੋੜ ਕਿਉਂ ਸਤਿਗੁਰੂ ਉਥੇ ਗਏ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਤੇ ਸਤਿਗੁਰੂ ਨੇ ਉਥੇ ਸ਼ਬਦ ਵੀ ਆਚਾਰਿਆ ਹੈ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਪਿੰਡ ਪਰਨ ਦੀ ਜਿਹੜੀ ਮਰਿਆਦਾ ਹੈ ਉਹਦੇ ਪਰਥਾਏ ਕਿ ਨਾਮ ਜਪਣ ਕਰਕੇ ਮੁਕਤ ਹੁੰਦਾ ਹੈ ਤਾਂ ਉੱਥੇ ਬੋੜ ਦਾ ਦਰਖਤ ਸੀ ਉਹਨੇ ਗਵਾਈ ਭਰੀ ਬੀਏ ਠੀਕ ਆ ਇਹਨੇ ਕੀਤਾ ਮਾਤਾ ਸੀਤਾ ਨੇ ਤੇ ਮੈਂ ਗਵਾਈ ਦਿੰਨਾ ਤਾਂ ਭਗਵਾਨ ਰਾਮ ਜੀ ਨੇ ਉਹਨੂੰ ਵਰ ਦਿੱਤਾ ਵੀ ਜਿੰਨਾ ਚਿਰ ਦੁਨੀਆ ਰਹੂਗੀ ਤੂੰ ਰਹਵੇਂਗਾ ਉਹਨੂੰ ਅਖਾਇਬਟ ਕਹਿੰਦੇ ਆਖਾਇਬਟ ਵੀ ਜਿਹੜਾ ਕਦੀ ਨਹੀਂ ਖਤਮ ਹੋਣ ਵਾਲਾ ਬੋੜ ਦਾ ਦਰਖਤ ਤੇ ਉਹਨੂੰ ਵਰਦਤਾ ਵੀ ਚਾਰ ਪਦਾਰਥਾਂ ਵਿੱਚੋਂ ਇੱਕ ਪਦਾਰਥ ਤੂੰ ਦੇ ਸਕਦਾ ਵਾ ਚਾਰੇ ਨਹੀਂ ਤੇ ਉਹਨਾਂ ਨੇ ਸਵਾਲ ਕੀਤਾ ਜੀ ਚਾਰ ਕੌਣ ਦੇ ਸਕਦਾ ਕਹਿੰਦੇ ਚਾਰ ਤੇ ਫਿਰ ਪ੍ਰਭਾਤਬਾਈ ਦੇ ਸਕਦਾ ਹੋਰ ਕੋਈ ਨਹੀਂ ਆ ਇੱਥੇ ਗੱਲ ਚੱਲ ਪਈ ਵੀ ਨਮੋ ਦੇਵ ਦੇਵੇ ਹੁਣ ਦੇਵੀ ਦੇਵਤੇ ਜਿਹਨੂੰ ਜਿਹੜੇ ਮੰਨਦੇ ਨੇ ਉਹਨਾਂ ਦੀ ਇੱਛਾ ਦੇਵੀ ਦੇਵਤੇ ਪੂਰੀ ਕਰਦੇ ਆ ਪਰ ਦੇਵੀ ਦੇਵਤਿਆਂ ਨੂੰ ਅੱਗੇ ਕੌਣ ਦਿੰਦਾ ਪਿਆ ਉਹ ਉਹਨਾਂ ਤੇ ਕਿਰਪਾ ਕੌਣ ਕਰ ਰਿਹਾ ਤਾਂ ਜਿਹੜੇ ਦੇਣ ਵਾਲੇ ਨੇ ਨਾ ਦਾਤਾ ਦੁਨੀਆ 'ਚ ਸਾਰੇ ਬੰਦਗੀ ਵਾਲੇ ਕਮਾਈ ਵਾਲੇ ਉਹਨਾਂ ਨੂੰ ਵੀ ਅੱਗੇ ਕੌਣ ਦਿੰਦਾ ਹੈ ਉਹ ਈਸ਼ਵਰ ਮਹਾਰਾ ਜੀ ਕਹਿੰਦੇ ਉਸ ਈਸ਼ਵਰ ਤੇ ਤਾਂ ਹੀ ਉਸ ਵਾਹਿਗੁਰੂ ਦੇ ਤਾਂ ਹੀ ਨਮਸਕਾਰ ਹੈ ਜਿਹੜਾ ਸਭ ਨੂੰ ਦਾਤਿਆਂ ਨੂੰ ਵੀ ਦਾਤਾਂ ਜਿੰਨੇ ਦਿੱਤੀਆਂ ਹੋਈਆਂ ਨੇ ਅਪੇਖੀ ਆਪੇਵੇ ਉਹ ਵਾਹਿਗੁਰੂ ਭੇਖਾਂ ਕਰਕੇ ਸਿਰਫ ਕੱਪੜੀਆਂ ਕਰਕੇ ਨਹੀਂ ਭੇਜਦਾ ਵੀ ਕੱਪੜੇ ਪਾ ਲੈ ਹਣ ਧਰਮ ਦੇ ਰੱਬ ਦੇ ਨਾਂ ਦੇ ਕੱਪੜੇ ਬਣਾ ਲੇ ਤੇ ਕੱਪੜੇ ਪਾ ਲੇ ਵੀ ਇਹੋ ਜਿਹੇ ਸੰਤ ਸਾਧੂ ਕੱਪੜੇ ਪਾਉਂਦੇ ਆ ਤੇ ਸ਼ਾਇਦ ਰੱਬ ਮਿਲ ਜੂਗਾ ਰੱਬ ਪ੍ਰਸੰਨ ਹੋ ਜੂਗਾ ਤਾਂ ਮਾਰਾ ਕਹਿੰਦੇ ਕਿਸੇ ਖਾਸ ਭੇਖ ਦੇ ਅਧੀਨ ਨਹੀਂ ਐ ਭੇਖਾਂ ਤੋਂ ਰਹਿਤ ਆ ਭੇਖੀ ਐ ਤੇ ਆ ਭੇਵੇ ਉਹਦਾ ਕੋਈ ਭੇਦ ਨਹੀਂ ਪਾ ਸਕਦਾ ਅੰਤ ਨਹੀਂ ਪਾ ਸਕਦਾ ਹੈ ਐਸਾ ਵਾਹਿਗੁਰੂ ਪਰਮੇਸ਼ਰ ਉਹਦੇ ਤਾਂ ਹੀ ਮਹਾਰਾਜ ਕਹਿੰਦੇ ਨਮਸਕਾਰ ਹੈ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਜਿਹੜੇ ਵਾਹਿਗੁਰੂ ਜੀ ਕਾਲ ਮੌਤ ਦਾ ਵੀ ਕਾਲ ਨਾਸ ਕਰਨ ਵਾਲੇ ਨੇ ਹੁਣ ਕਾਲ ਦੂ ਅਵਰੀ ਆ ਗਿਆ ਨਾ ਕਾਲ ਕਾਲੇ ਕਾਲ ਦੇ ਬਹੁਤ ਜ਼ਿਆਦਾ ਅਰਥ ਨੇ ਕਾਲੀ ਦੇ ਵੀ ਬਹੁਤ ਜ਼ਿਆਦਾ ਅਰਥ ਨੇ ਜੇ ਸਾਰੇ ਕੋਸ਼ਾਂ ਦੇ ਅਰਥ ਮਲਾਈਏ ਨਾ ਜਿਹੜੇ ਸੰਸਕ੍ਰਿਤ ਦੇ ਕੋਸ਼ ਨੇ ਤੇ ਕੋਈ 16 ਤੋਂ ਵੱਧ ਕਾਲੀ ਸ਼ਬਦ ਦੇ ਅਰਥ ਆ ਤੇ ਨਿੱਕੇ ਜੇ ਕਾਲੀ ਸ਼ਬਦੇ ਰਟਾ ਪਾ ਕੇ ਬਹਿ ਜਾਂਦੇ ਨਾ ਨਮੋ ਕਾਲ ਕਾਲਕਾ ਰਾਧੀ ਮਹਾਕਾਲ ਕਾਲਕਾ ਰਾਧੀ ਇੱਥੇ ਹੀ ਫਸ ਕੇ ਬਹਿ ਜਾਂਦੇ ਵੀ ਕਾਲਕਾ ਖੋਣਾ ਕਾਲਕਾ ਸ਼ਬਦ ਦੇ ਹੀ ਬਹੁਤ ਜ਼ਿਆਦਾ ਅਰਥ ਆ ਕੋਸ਼ਾਂ ਦੇ ਵਿੱਚ ਤੇ ਹੁਣ ਇੱਥੇ ਕਾਲ ਦਾ ਅਰਥ ਕੀ ਕੀਤਾ ਮਹਾਂਪੁਰਸ਼ਾਂ ਨੇ ਮੌਤ ਮੌਤ ਤੋਂ ਕੋਈ ਨਹੀਂ ਜਿੱਤ ਸਕਿਆ ਹੁਣ ਉਹਨੂੰ ਵੀ ਕਾਲੇ ਮਾਰਨ ਵਾਲਾ ਮੌਤ ਨੂੰ ਵੀ ਖਤਮ ਕਰਨ ਵਾਲਾ ਮੇਰੇ ਨਾਲ ਸਰਕਾਰਯੋਗ ਵਾਲੀ ਗੁਰਪ੍ਰੀਤ ਸਿੰਘ ਜੀ ਵੈਦ ਜੀ ਕਥਾ ਕਰਾਉਂਦੇ ਨੇ ਇਹ ਕੁਰਾਨ ਸ਼ਰੀਫ ਪੜ੍ਹ ਜਾਂਦੇ ਹੁੰਦੇ ਮੌਲਵੀ ਜੀ ਦੇ ਪਾਸੋਂ ਬੜੇ ਪ੍ਰੇਮ ਨਾਲ ਪੜ੍ਹਾ ਦਿੰਦੇ ਚੰਗੇ ਬੰਦੇ ਆ ਸਾਧੂ ਲੋਕ ਇਹ ਮੈਨੂੰ ਦੱਸ ਦੇ ਪਏ ਸੀ ਗੱਲ ਚੱਲੀ ਨਮੋ ਕਾਲ ਕਾਲੇ ਮੌਤ ਨੂੰ ਵੀ ਮਾਰਨ ਵਾਲਾ ਇੱਥੇ ਮੌਤ ਕੀ ਹੋ ਗਈ ਅਜ਼ਰਾਈਲ ਫਰਿਸ਼ਤਾ ਤਿਲ ਪੀੜਿਆ ਕਹਾਣੀ ਮੌਤ ਦਾ ਫਰਿਸ਼ਤਾ ਕੀ ਆ ਹਿੰਦੂ ਧਰਮ ਨੇ ਉਹਦਾ ਨਾਂ ਕੀ ਰੱਖਿਆ ਯਮਰਾਜ ਤੇ ਇਸਾਈਆਂ ਨੇ ਤੇ ਆਪਣੇ ਉਹ ਦੂਜੇ ਯਹੂਦੀਆਂ ਨੇ ਮੁਸਲਮਾਨਾਂ ਨੇ ਉਹਦਾ ਨਾਂ ਕੀ ਰੱਖਿਆ ਅਜ਼ਰਾਈਲ ਜਿਹਦੀ ਸੇਵਾ ਕੀ ਆ ਮੌਤ ਵੀ ਜਿਹਦੀ ਵਾਰੀ ਆਉਂਦੀ ਲਈ ਆ ਫੜ ਤਾਂ ਬਹੁਤ ਜ਼ਿਆਦੇ ਫਰਿਸ਼ਤੇ ਮੰਨੇ ਮੁਸਲਮਾਨ ਧਰਮ ਚ ਤੇ ਇੱਕ ਦਿਨ ਗੱਲ ਚੱਲ ਪਈ ਮੌਤ ਨੂੰ ਵੀ ਕੋਈ ਮਾਰਨ ਵਾਲਾ ਵਾ ਤਾਂ ਉਹ ਮੌਲਵੀ ਸਾਹਿਬ ਕਹਿੰਦੇ ਵੀ ਜਦੋਂ ਸਾਰੀ ਦੁਨੀਆ ਖਤਮ ਹੋ ਜਾਂਦੀ ਨਾ ਜਿੱਦਾਂ ਕੁਰਾਨ ਸ਼ਰੀਫ ਚ ਲਿਖਿਆ ਨਮੋ ਕਾਲ ਕਾਲ ਜਦੋਂ ਸਾਰਾ ਸੰਸਾਰ ਖਤਮ ਹੋ ਜਾਂਦਾ ਹੈ ਤਾਂ ਫਿਰ ਫਰਿਸ਼ਤੇ ਵਜਦੇ ਆ ਜਿਵੇਂ ਆ ਇਧਰ ਦੇਵੀ ਦੇਵਤੇ ਕਹਿ ਦਿੰਦੇ ਨੇ ਹਿੰਦੂ ਧਰਮ ਵਿੱਚ ਫਰਿਸ਼ਤੇ ਭਜਦੇ ਫਿਰ ਉਹਨਾਂ ਦੀ ਵੀ ਇੱਕ ਉਮਰ ਹੁੰਦੀ ਉਹ ਵੀ ਖਤਮ ਹੋ ਜਾਂਦੇ ਆ ਫਿਰ ਖੁਦਾ ਪੁੱਛਦਾ ਹੁਣ ਕੌਣ ਰਹਿ ਗਿਆ ਤੇ ਉਹ ਅਜ਼ਰਾਇਲ ਜਿਹੜਾ ਮੌਤ ਦਾ ਫਰਿਸ਼ਤਾ ਨਾ ਜਿਹਨੂੰ ਇਧਰ ਆਪਾਂ ਯਮ ਰਾਜ ਕਹਿ ਦਿੰਦੇ ਜਾਂ ਧਰਮ ਰਾਜ ਕਹਿ ਦਿੰਦੇ ਗੁਰਬਾਣੀ ਚ ਦੋਵਾਂ ਦਾ ਨਾਮ ਆਇਆ ਧਰਮ ਰਾਏ ਜਬ ਲੇਖਾ ਮੰਗੇ ਜਾਂ ਧਰਮ ਰਾਏ ਦਰ ਕਾਗਦ ਫਾਰੇ ਜਨ ਜਨ ਲਿਖ ਜਾਂ ਨਾਨਕ ਲੇਖਾ ਸਮਝਾ ਤੇ ਦੂਸਰੇ ਬੰਨੇ ਅਜ਼ਰਾਇਲ ਦਾ ਨਾਮ ਹੀ ਆਇਆ ਤਲਬਾਂ ਪੌਸਨ ਆਕੀਆਂ ਬਾਕੀ ਜਿਨ੍ਹਾਂ ਰਹੀ ਅਜ਼ਰਾਇਲ ਫਰੀਸਤਾ ਹੋਸੀ ਆਇ ਤਈ ਹੋਸੀ ਆਇ ਤਈ ਹੁਣ ਦੋਵਾਂ ਦਾ ਨਾਮ ਆਇਆ ਨਾਮ ਵੱਖਰੇ ਨੇ ਕੰਮ ਏਕੀ ਅਦਵਾਂ ਦਾ ਤਾਂ ਉਹ ਫਿਰ ਅਜ਼ਰਾਈਲ ਫਰਿਸ਼ਤਾ ਕੀ ਕਹਿੰਦਾ ਜਾਂ ਮੌਤ ਦਾ ਫਰਿਸ਼ਤਾ ਮੈਸੈਂਜਰ ਆਫ ਡੈਥ ਕੀ ਕਹਿੰਦਾ ਵਾ ਉਹ ਕਹਿੰਦਾ ਖੁਦਾ ਹੁਣ ਇੱਕ ਮੈਂ ਰਹਿ ਗਿਆ ਤੇ ਇੱਕ ਤੂੰ ਤੇ ਜਿੱਦਾਂ ਕੁਰਾਨ ਸ਼ਰੀਫ ਜਾਂ ਇਸਲਾਮ ਧਰਮ ਦੇ ਗ੍ਰੰਥਾਂ ਲਿਖਿਆ ਪਤਾ ਕੀ ਲਿਖਿਆ ਫਿਰ ਖੁਦਾ ਕਹਿੰਦਾ ਐ ਇੱਥੇ ਇੱਕ ਹੀ ਰਹਿੰਦਾ ਹੈ ਤੂੰ ਵੀ ਨਹੀਂ ਰਹਿੰਦਾ ਫਿਰ ਉਹ ਬੜਾ ਪਛਤਾਉਂਦਾ ਵਾ ਮੌਜ ਦਾ ਫਰਿਜ ਤਾਂ ਮੈਨੂੰ ਮਰਨਾ ਪੈਣਾ ਹੁਣ ਜਿੰਨੇ ਤੇ ਇਸਲਾਮ ਧਰਮ ਦਾ ਇਤਿਹਾਸ ਪੜਿਆ ਆਊਗਾ ਸਾਇਤ ਪੜਿਆ ਆਊਗਾ ਬੋਧੀਆਂ ਦਾ ਪੜਿਆ ਆਊਗਾ ਹਿੰਦੂਆਂ ਦਾ ਪੜਿਆ ਆਊਗਾ ਉਹਨੂੰ ਤੇ ਪਤਾ ਹੋਊਗਾ ਵੀ ਕਾਲ ਕਿਨੂੰ ਕਹਿੰਦੇ ਚ ਜਿਨ੍ਹਾਂ ਨੂੰ ਇਹ ਲ ਕੁੱਕੜ ਨਹੀਂ ਆਉਂਦਾ ਉਹ ਫਿਰ ਪਾ ਲਿੰਦੇ ਰੋਲਾ ਮਹਾਕਾਲ ਕਾਲਕਾਰ ਆਦੀ ਕਾਲ ਕਿਨੂੰ ਕਹਿੰਦੇ ਇਹਦੇ ਜੀ ਕਾਲ ਕਾ ਕਹੀ ਜਾਂਦੇ ਆ ਕਹੀ ਜਾਂਦੇ ਕਾਲ ਦੇ ਪੁਜਾਰੀ ਆ ਜੇ ਇਹ ਆ ਜੀ ਉਹ ਤਾਂ ਜਿਹੜਾ ਅਜ਼ਰਾਇਲ ਕਾਲ ਨੂੰ ਵੀ ਮਾਰਨ ਵਾਲਾ ਹੈ ਖਤਮ ਕਰਨ ਵਾਲਾ ਹੈ ਕਿਉਂ ਇੱਕ ਵਾਹਿਗੁਰੂ ਹੀ ਰਹਿਣ ਵਾਲਾ ਆਦ ਸੱਚੋ ਜੁਗਾਦ ਸੱਚ ਹੈ ਪੀ ਸੱਚੋ ਨਾਨਕ ਹੋਸੀ ਭੀ ਸੱਚ ਤਾਂ ਉਹ ਵਾਹਿਗੁਰੂ ਨੂੰ ਨਮਸਕਾਰ ਹੈ ਜਿਹੜਾ ਮੌਤ ਦੀ ਵੀ ਮੌਤ ਹੈ ਕਾਲ ਨੂੰ ਵੀ ਕਾਲ ਨਾਸ ਕਰਨ ਵਾਲਾ ਹੈ ਜਿਹਨੂੰ ਮਹਾਕਾਲ ਵੀ ਕਿਹਾ ਜਾਂਦਾ ਹੈ ਜਾਂ ਫਿਰ ਕਾਲ ਤੋਂ ਭਾਵ ਲੈਣਾ ਸਮਾਂ ਤੇ ਸਮੇਂ ਤੋਂ ਭਾਵ ਲੈਂਦੇ ਨੇ ਜਨਮ ਤੇ ਮਰਨ ਸਮੇਂ 'ਚ ਹੀ ਬੰਦਾ ਜੰਮਿਆ ਤੇ ਸਮੇਂ 'ਚ ਹੀ ਮਰਿਆ ਸਮੇਂ ਦੀ ਹੱਦਬੰਦੀ ਕੋਈ ਨਹੀਂ ਕ੍ਰੋਸ ਕਰ ਸਕਦਾ ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦਾ ਕਾਲ ਮੈਨੇ ਜਨਮ ਮਰਨ ਕਾਲੇ ਖਤਮ ਕਰ ਦਿੰਦਾ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਜੰਮਣ ਮਰਨ ਤੋਂ ਰਹਿਤ ਕਰ ਦਿੰਦਾ ਹੈ ਮੁਕਤ ਕਰ ਦਿੰਦਾ ਹੈ ਐਸੇ ਵਾਹਿਗੁਰੂ ਜੀ ਦੇ ਤਾਈ ਸੱਚੇ ਪਾਤਸ਼ਾਹ ਕਹਿੰਦੇ ਨਮਸਕਾਰ ਹੈ ਨਮੋ ਸਰਬ ਪਾਲੇ ਜਿਹੜਾ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ ਕਿ ਰੋਜੀ ਦੇਹਿੰਦ ਹੈ ਹਰੇਕ ਨੂੰ ਰੋਟੀ ਦੇਣ ਵਾਲਾ ਹੈ ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਨਾ ਕਰ ਚਿੰਤ ਚਿੰਤਾ ਹੈ ਕਰਤੇ ਜਿਹੜਾ ਵਾਹਿਗੁਰੂ ਪਰਮੇਸ਼ਰ ਸਾਰਿਆਂ ਨੂੰ ਪਾਲਣ ਵਾਲਾ ਹੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦੀਨ ਦਿਆਲ ਦਇਆ ਨਿਧ ਦੁਖਨ ਦੇਖਤ ਹੈ ਵਰਦੇਤਨ ਹਾਰ ਐਸਾ ਵਾਹਿਗੁਰੂ ਪਰਮੇਸ਼ਰ ਜਿਹੜਾ ਸਾਰਿਆਂ ਨੂੰ ਪਾਲਣ ਵਾਲਾ ਹੈ ਉਹਦੇ ਤਾਈ ਨਮਸਕਾਰ ਹੈ ਜਿਹੜਾ ਹਰੇਕ ਦੀ ਪਾਲਣਾ ਕਰਦਾ ਹੈ ਨਮੋ ਸਰਬ ਗਉਣੇ ਨਮੋ ਸਰਬ ਗਉਣੇ ਜਿਹੜਾ ਸਰਬ ਸਾਰਿਆਂ ਚ ਗਉਣੇ ਗਮਨ ਕਰਦਾ ਸਾਰਿਆਂ ਚ ਬੈਠਾ ਹੈ ਹਰ ਸਰੀਰ ਚ ਬੈਠਾ ਹੈ ਜਿਵੇਂ ਸਤਿਗੁਰੂ ਜੀ ਕਹਿੰਦੇ ਨਾ ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਮਾਇਆ ਚਿੱਤਰ ਵਿਚਿੱਤਰ ਵਿਮੋਹਤ ਬਿਰਲਾ ਬੂਝਾ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੂਤ ਏਕ ਮਨ ਸਤ ਸਹੰਸ ਜੈਸੇ ਊਤ ਪੂਤ ਪ੍ਰਵਸ ਹੋਈ ਜਿਹੜਾ ਹਰੇਕ ਦੇ ਵਿੱਚ ਬੈਠਾ ਹੈ ਗਾਉਣੇ ਦੇ ਹੋਰ ਵੀ ਅਰਥ ਹੁੰਦੇ ਜਿਵੇਂ ਗਾਵਣਾ ਗਾਮਨ ਤੋਂ ਤਨੋਂ ਈਸ਼ਰ ਬ੍ਰਹਮਾ ਦੇਵੀ ਸੂਤ ਇਹ ਸਦਾ ਸਵਾਰੇ ਤੈਨੂੰ ਸਾਰੇ ਗਾਉਂਦੇ ਨੇ ਸਾਰੇ ਮੰਨਦੇ ਨੇ ਸਾਰੇ ਤੇਰਾ ਨਾਮ ਜਪਦੇ ਨੇ ਐਸੇ ਵਾਹਿਗੁਰੂ ਤਾਈ ਨਮਸਕਾਰ ਜਾਂ ਫਿਰ ਗੌਣੇ ਮੈਨੇ ਗਮਨ ਕਰਨ ਵਾਲਾ ਜਿਹੜਾ ਸਾਰੇ ਸਰੀਰਾਂ ਚ ਗਮਨ ਕਰ ਰਿਹਾ ਹੈ ਸਾਰੇ ਸਰੀਰਾਂ ਚ ਬੈਠਾ ਹੋਇਆ ਹੈ ਸਾਰੇ ਸਰੀਰਾਂ ਦੇ ਵਿੱਚ ਕਿਰਿਆ ਕਰਾਉਂਦਾ ਹੈ ਸਭ ਕੁਝ ਕਰਦਾ ਹੈ ਫਿਰ ਨਿਰਲੇਪ ਰਹਿੰਦਾ ਹੈ ਐਸੇ ਵਾਹਿਗੁਰੂ ਤਾਈ ਨਮਸਕਾਰ ਹੈ ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰੇਮ ਦੇ ਨਾਲ فرمਉਦੇ ਹਨ ਨਮੋ ਸਰਬ ਭਉਨੇ ਸਰਬ ਸਾਰੇ ਹੀ ਭਉਨੇ ਭਵਨਾ ਚ ਭਵਨਾ ਚ ਸਾਤੋ ਪਤਾਰ ਸਾਤੋ ਆਕਾਸ ਬਿਤਰੀ ਬਿਤਰੀ ਅਦ੍ਰਿਸ਼ਟ ਜੇ ਕਰਮਜਾਰ ਉਸਤਤ ਸੰਪੂਰਣ ਅਗਲੀਆਂ 2 ਪੰਕਤੀਆਂ ਕਈ ਕਹਿੰਦੇ ਮਹਾਰਾਜ ਦੀਆਂ ਕਈ ਕਹਿੰਦੇ ਕਿਸੇ ਨੇ ਬਾਅਦ ਚ ਬਣਾਈਆਂ ਤਾਂ ਜਿਹੜਾ 14 ਤਬਕਾਂ ਦੇ ਵਿੱਚ ਬੈਠਾ ਹੈ ਹਰ ਲੋਕ ਦੇ ਵਿੱਚ ਜਿਹਦੀ ਗਮਤਾ ਹੈ ਬੈਠਾ ਹੈ ਭਵਨਾ ਦਾ ਮਾਲਕ ਹੈ ਹਰ ਥਾਂ ਤੇ ਹਾਜ਼ਰ-ਨਾਜ਼ਰ ਹੈ ਐਸੇ ਵਾਹਿਗੁਰੂ ਤਾਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਮੋ ਨਮਸਕਾਰ ਹੈ ਅਨੰਗੀ ਅਨਾਥੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਅਨੰਗੀ ਅਨਾਥੇ ਅਨੰਗੀ ਅੰਗ ਨਹੀਂ ਸਰੀਰ ਨਹੀਂ ਸਾਡੇ ਵਾਂਗ ਹੱਥ ਪੈਰ ਬਾਹਾਂ ਨਹੀਂ ਜੋਤ ਸਰੂਪ ਹੈ ਪ੍ਰਕਾਸ਼ ਸਰੂਪ ਹੈ ਇੱਥੇ ਨਿਰਗੁਣ ਸਰੂਪ ਦੀ ਗੱਲ ਚੱਲਦੀ ਪਈ ਸਰਗੁਣ ਦੀ ਨਹੀਂ ਸਰੀਰ ਧਾਰੀ ਦੀ ਨਹੀਂ ਜੋਤ ਸਰੂਪ ਦੀ ਜਿਹੜਾ ਹਮੇਸ਼ਾ ਰਹਿਣ ਵਾਲਾ ਹੈ ਤਾਂ ਅੰਗਾ ਤੋਂ ਰਹਿਤ ਅਨਾਥੇ ਨਾਥ ਦਾ ਅਰਥ ਹੁੰਦਾ ਹੈ ਸਵਾਮੀ ਮਾਲਕ ਸੌ ਖਸਮ ਵਾਹਿਗੁਰੂ ਦਾ ਮਾਲਕ ਕੌਣ ਆ ਗਿਆ ਸਗੋ ਵਾਹਿਗੁਰੂ ਸਾਰਿਆਂ ਦਾ ਮਾਲਕ ਹੈ ਇਸ ਕਰਕੇ 나ਥ ਮਾਲਕ ਤੋਂ ਰਹਿਤ ਹੈ ਮਹਾਰਾ ਕਹਿੰਦੇ ਆਪ 나ਥੀ ਆਪ 나ਥ 나ਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾ ਤਾਂ ਉਹਦਾ ਕੋਈ ਮਾਲਕ ਨਹੀਂ ਉਹਦਾ ਕੋਈ ਖਸਮ ਨਹੀਂ ਉਹਦਾ ਕੋਈ 나ਥ ਨਹੀਂ ਉਹ ਸਗੋ ਸਾਰੇ ਸੰਸਾਰ ਦਾ ਕੀ ਹੈ ਮਾਲਕ ਹੈ ਆ ਗॉड ਸ਼ਬਦ ਜਿਹੜਾ ਹੈ ਇਹਦੇ ਜੇ ਅਰਥ ਕਰਨ ਲੱਗੇ ਜੀ ਓ ਡੀ ਗੋਡ ਜੀ ਦਾ ਮਤਲਬ ਕੀ ਆ ਜਨਰੇਟਰ ਓ ਦਾ ਮਤਲਬ ਕੀ ਹੋਇਆ ਆਪਰੇਟਰ ਤੇ ਡੀ ਦਾ ਮਤਲਬ ਕੀ ਹੋਇਆ ਡਿਸਟਰੋਇਰ ਪੈਦਾ ਕਰਨ ਵਾਲਾ ਪਾਲਣ ਵਾਲਾ ਤੇ ਫਿਰ ਜੇ ਰਾਵਣ ਵਾਂਗੂ ਬਹੁਤਾ ਆੜੇ ਤੇ ਖਤਮ ਕਰਨ ਵਾਲਾ ਜਾਣਾ ਤੇ ਪਹਿਣਾ ਹੀ ਆ ਸਿੱਧਾ ਹੋ ਕੇ ਤੁਰ ਨਹੀਂ ਤੇ ਲੈ ਤੇ ਜਾਣਾ ਹੀ ਆ ਅਗਲੇ ਆ ਤਿੰਨ ਚੀਜ਼ਾਂ ਵਰਤਦੀਆਂ ਨੇ ਜਿਹੜੀਆਂ ਤਿੰਨ ਤਾਕਤਾਂ ਸਮਝ ਚ ਆਉਂਦੀਆਂ ਨੇ ਪੈਦਾ ਕਰਨ ਵਾਲਾ ਪਾਲਣ ਵਾਲਾ ਤੇ ਖਤਮ ਕਰਨ ਵਾਲਾ ਤੇ ਮਹਾਰਾਜ ਨੇ ਆਖਿਆ ਇੱਕ ਵਿੱਚ ਹੀ ਤਿੰਨ ਨੇ ਇੱਕ ਚ ਹੀ ਇੱਕਾ ਮਾਈ ਜੁਗਤ aí ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀ ਬਾੜ ਹੁਣ ਕਿਸਾਨਾਂ ਦਾ ਮੋਰਚਾ ਚੱਲਦਾ ਪਿਆ ਹੈ ਤੇ ਬੜੀ ਵੱਡੀ ਜਦੋਜਹਿਦ ਚੱਲਦੀ ਪਈ ਹੈ हो ਸਕਦਾ ਹੈ ਵੀ ਸਰਕਾਰ ਮੰਨ ਜਾਵੇ ਹੋ ਸਕਦਾ ਹੈ ਸ਼ੈਤਾਨੀ ਕਰਨ ਹੋ ਸਕਦਾ 84 ਵਾਲਾ ਮਾਹੌਲ ਬਣਾ ਦੇਣ ਜਦੋਂ ਪਹਿਲਾਂ ਬਣਿਆ ਸੀ ਤਾਂ ਜਿਹੜਾ ਸਮਾਂ ਉਹ ਆਪਣੇ ਆਪ ਨੂੰ ਰਿਪੀਟ ਕਰਦਾ ਹੈ ਤੇ ਹੁਣ ਜਿਹੜੇ ਬੰਦੇ ਨਿਆਂ ਨਹੀਂ ਨਾ ਕਰਦੇ ਬੇਇਨਸਾਫੀ ਕਰਦੇ ਧੱਕਾ ਕਰਦੇ ਫਿਰ ਲੋਕਾਂ ਦੇ ਮਨ ਚ ਨਫ਼ਰਤ ਪੈਂਦੀ ਹੈ ਹੁਣ ਮੋਦੀ ਨਾਂ ਤੋਂ ਏਡੀ ਨਫ਼ਰਤ ਹੋ ਗਈ ਆ। ਇੱਕ ਸੰਸਾਰੀ, ਇੱਕ ਢੰਡਾਰੀ, ਢੰਡਾਰੀ ਦਾ ਅਰਥ ਕੀ ਹੋਇਆ? ਮੋਦੀ ਕਰਦੇ ਮੇਰੇ ਖਿਆਲ ਨਾਲ ਭਗਵਾਨ ਵਿਸ਼ਨੂੰ ਜੀ ਦਾ। ਮੈਨੇ ਦਾਤਾਂ ਦੇਣ ਵਾਲਾ। ਹੁਣ ਜਿਹੜੇ ਵਿਚਾਰੇ ਨੂੰ ਨਹੀਂ ਪਤਾ ਉਹ ਕਹਿੰਦਾ ਬੱਲੇ ਬੱਲੇ ਭਈ ਅਸੀਂ ਤੇ ਸੁੱਤੇ ਰਾਹ ਰਹਿ ਗਏ ਆ ਆਰਐਸਐਸ ਨੇ ਢਾ ਧੱਕਾ ਕਰ ਗਈ। ਗੁਰੂ ਗ੍ਰੰਥ ਸਾਹਿਬ ਦੇ ਟੀਕਿਆਂ 'ਚ ਮੋਦੀ ਸ਼ਬਦ ਲਿਖਤਾ ਕਿਤੇ ਸਿਆਣੇ ਹੈ ਏਡੇ ਵਿਦਵਾਨ ਲੱਭੇ ਕਿਤੇ ਉਹ ਮੋਦੀ ਭਗਵਾਨ ਵਿਸ਼ਨੂੰ ਜੀ ਦਾ ਅਰਥ ਆ ਜਾਂਦਾ ਹੁਣ ਕਈ ਭੋਲੇ ਸਿੱਖਾਂ ਨੂੰ ਪਤਾ ਨਹੀਂ ਭਰਾਵਾਂ ਨੂੰ ਪਤਾ ਨਹੀਂ ਵੀ ਇਹ ਉਹ ਮੋਦੀ ਨਹੀਂ ਆ ਜਿਹਨੂੰ ਤੁਸੀਂ ਪ੍ਰਧਾਨ ਮੰਤਰੀ ਮੋਦੀ ਸਮਝਦੇ ਆਂ ਤੇ ਦਾਸ ਬਾਬਾ ਜੀ ਵੀ ਬੈਠੇ ਸੀ ਸ੍ਰੀਮਾਨ ਸੰਤ ਗਿਆਨੀ ਅਰਨਾਮ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਸੁਆਮੀ ਜੀ ਸੁਆਮੀ ਦਇਆਚੇਤਨ ਜੀ ਸੁਆਮੀ ਦਇਆਨੰਦ ਸਰਵਤੀ ਜੀ ਉਹਨਾਂ ਨੂੰ ਪੁੱਛਿਆ ਜੀ ਇਹ ਮੋਦੀ ਕਿਨੂੰ ਕਹਿੰਦੇ ਆ ਬਾਬਾ ਜੀ ਕਹਿੰਦੇ ਜੀ ਗੁਜਰਾਤੀ ਤੇ ਮੋਦੀ ਕਹਿੰਦੇ ਤੇਲੀ ਨੂੰ ਤੇ ਤੇਲੀ ਨੂੰ ਸ਼ੂਦਰ ਮੰਨਿਆ ਬ੍ਰਾਹਮਣਾ ਨੇ ਇਹ ਸੇ ਕਰਕੇ ਬੜੀ ਬਹੁਤੀ ਕੁਰਸੀ ਦਾ ਫਰਕ ਰੱਖਦੇ ਆ ਜਿਹੜੇ ਵੱਡੇ ਸੰਿਆਸੀ ਸੰਤ ਆ ਦਾ ਉਹ ਨਹੀਂ ਲਾਗੇ ਲੱਗਣ ਦਿੰਦੇ ਉਹ ਥੋੜਾ ਜਿਹਾ ਪਾਸੇ ਰੱਖਦੇ ਕੰਮ ਉਹ ਆਪ ਦਾ ਛੜਦੇ ਨਹੀਂ ਸੁਭਾ ਹੁਣ ਗੁਜਰਾਤੀ ਚ ਮੋਦੀ ਨੂੰ ਕੀ ਕਹਿੰਦੇ ਤੇਲੀ ਤੇਲ ਵਾਲਾ ਤੇਲ ਦਾ ਕੰਮ ਕਰਨ ਵਾਲਾ ਜਿਹੜਾ ਭਾਈਚਾਰਾ ਸੀ ਜਿਵੇਂ ਕੱਪੜੇ ਦੇ ਕੰਮ ਕਰਨ ਵਾਲਾ ਜਲਾਇਆ ਹੋ ਗਿਆ ਜਿਵੇਂ ਤੇਲੀ ਤੇ ਸਾਡੇ ਭਰਾਵਾਂ ਨੇ ਉਹਨੂੰ ਚੁੱਕ ਕੇ ਜਵਜੀ ਸਾਹਿਬ ਚ ਲੈ ਜਾਂਦਾ ਇਹ ਸਮਝਦੇ ਵੀ ਜਿਹੜਾ ਜਪਜੀਤ ਸਾਹਿਬ ਚ ਭੰਡਾਰੀ ਆਉਂਦਾ ਸ਼ਾਇਦ ਇਹ ਹੀ ਮੋਦੀ ਹੈ ਤੇ ਜਿਹੜਾ ਫਿਰ ਮਹਾਰਾਜ ਨੇ ਜੇ ਇਹ ਮੋਦੀ ਆ ਤੇ ਜਿਹੜਾ ਸੁਲਤਾਨਪੁਰ ਸਾਹਿਬ ਮੋਦੀ ਖਾਨਾ ਸੀ ਉਹ ਮੋਦੀ ਫਿਰ ਕਿੱਥੋਂ ਆ ਗਿਆ ਤਾਂ ਸ਼ਬਦ ਹੋ ਸਕਦੇ ਆ ਸ਼ਬਦਾਂ ਦੇ ਅਰਥ ਵੱਖਰੇ ਵੱਖਰੇ ਹੁੰਦੇ ਆ ਅਰੀਦਾਂ ਦੀ ਗਲਤ ਨਹੀਂ ਆ ਵੀ ਗੁਰਬਾਣੀ ਦੇ ਅਰਥ ਗਲਤ ਕਰ ਦਿੱਤੇ ਗਏ ਨੇ ਚਲੋ ਇਸ ਪਾਸੇ ਨਾ ਜਾਈਏ ਵਿਚਾਰ ਚੱਲਦੀ ਪਈ ਸੀ ਅਨੰਗੀ ਅਨਾਥੇ ਉਹਦਾ ਕੋਈ ਮਾਲਕ ਨਹੀਂ ਹੈ ਖਸਮ ਨਹੀਂ ਹੈ ਉਹ ਸਭਨਾ ਦਾ ਮਾਲਕ ਹੈ ਸਭਨਾ ਦੀ ਪਾਲਣਾ ਕਰਨ ਵਾਲਾ ਹੈ ਸਭਨਾ ਦੀ ਸਾਰ ਲੈਣ ਵਾਲਾ ਹੈ ਤੇ ਤਿੰਨ ਸ਼ਕਤੀਆਂ ਜਿਹੜੀਆਂ ਨੇ ਉਹ ਦੇਖਣ ਚ ਆਉਂਦੀਆਂ ਵਾ ਵੀ ਪੈਦਾ ਹੋਇਆ ਵਾ ਪਾਲਦਾ ਪਿਆ ਵਾ ਜ਼ਿੰਦਗੀ ਬਤੀਤ ਕਰਦਾ ਪਿਆ ਤੇ ਫਿਰ ਮਰ ਜਾਂਦਾ ਵਾ ਇਹ ਤਿੰਨ ਚੀਜ਼ਾਂ ਦੇਖਣ ਚ ਆ ਰੀਆਂ ਸੰਸਾਰ ਦੇ ਇੱਕ ਤਾਂ ਜਨਮ ਦੇਖਦਾ ਹੈ ਇੱਕ ਉਹਦਾ ਜੀਵਨ ਦੇਖਦਾ ਇੱਕ ਉਹਦੀ ਮੌਤ ਮੈਨੇ ਜਦੋਂ ਚੜ੍ਹਾਈ ਕਰਦਾ ਹੈ ਕਿ ਖਤਮ ਹੋ ਗਿਆ ਤੇ ਗੌੜ ਸ਼ਬਦੇ ਵੀ ਇਹ ਤਿੰਨ ਅਰਥ ਹੀ ਹੁੰਦੇ ਨੇ ਤੇ ਸਤਿਗੁਰੂ ਬਾਣੀ ਚ ਕਹਿੰਦੇ ਏਕਾ ਮਾਈ ਯੁਗਤ ਵਿਆਈ ਇੱਕ ਹੀ ਹੈ ਉਹਦੇ ਅੱਗੇ ਬਰਕਤ ਜਿਹੜੀ ਹੈ ਉਹ ਵਰਤਦੀ ਪਈ ਹੈ ਤੇ ਵਾਹਿਗੁਰੂ ਪਰਮੇਸ਼ਰ ਕਿਤਾ ਦਾ ਅਨੰਗੀ ਅਨਾਥੇ ਤੇ ਅੱਗੇ ਫਰਮਾਉਂਦੇ ਹਨ ਨਿਰਸੰਗੀ ਪਰਮਾਥੇ ਨਿਰਸੰਗੀ ਨਿਰਰਹਿਤ ਹੈ ਸੰਗੀ ਮੈਨੇ ਸੰਗ ਤੋਂ ਸੰਗ ਮੈਨੇ ਸਬੰਧ ਜੋੜ ਮੋਹ ਜਿਵੇਂ ਆਪਾਂ ਸਬੰਧ ਦੁਨੀਆ 'ਚ ਬਣਦੇ ਨਾ ਜੀ ਇਹ ਪਿਤਾ ਹੈ ਇਹ ਪੁੱਤਰ ਹੈ ਇਹ ਪਤੀ ਹੈ ਇਹ ਪਤਨੀ ਹੈ ਇਹ ਭੈਣ ਭਰਾ ਹੈ ਸਬੰਧ ਵਾਹਿਗੁਰੂ ਇਹਨਾਂ ਸਬੰਧਾਂ ਤੋਂ ਰਹਿਤ ਹੈ ਨਾ ਤਾਤ ਹੈ ਨਾ ਮਾਤ ਹੈ ਨਾ ਜਾਤ ਹੈ ਨਾ ਪਾਤ ਹੈ ਨਿਰਸੰਗੀ ਤੇ ਵਾਹਿਗੁਰੂ ਦੇ ਦੂਸਰੇ ਬੰਨੇ ਗੁਰਬਾਣੀ ਕੀ ਕਹਿੰਦੀ ਹੈ ਪਾਰ ਬ੍ਰਹਮ ਕੇ ਸੰਗੀ ਸਾਧ ਸਿਰਫ ਭਾਵਨਾ ਦਾ ਰਿਸ਼ਤਾ ਭਗਤੀ ਦਾ ਰਿਸ਼ਤਾ ਜਿਹੜੇ ਭਗਤੀ ਕਰਦੇ ਉਹਨਾਂ ਦਾ ਸਭ ਕੁਝ ਹੈ ਤੇ ਜਿਨ੍ਹਾਂ ਦੀ ਭਗਤੀ ਕੋਈ ਨਹੀਂ ਉਹਨਾਂ ਦਾ ਉਹ ਨਿਰਸੰਗੀ ਹੈ ਉਹਨਾਂ ਨਾਲ ਕੋਈ ਸਬੰਧ ਨਹੀਂ ਕੋਈ ਲੈਣਾ ਦੇਣਾ ਨਹੀਂ ਨਿਰਗੁਣ ਸਰੂਪ 'ਚ ਨਿਰਸੰਗੀ ਹੈ ਤੇ ਸਰਗੁਣ 'ਚ ਵੀ ਨਿਰਸੰਗੀ ਹੈ ਸਿਰਫ ਭਾਵਨਾ ਨਾਲ ਉਹਨਾਂ ਦੇ ਕੰਮ ਕਰਦਾ ਹੈ ਮੋਹ ਤੋਂ ਰਹਿਤ ਹੈ ਸਬੰਧ ਤੋਂ ਰਹਿਤ ਹੈ ਜਿਵੇਂ ਕਿਸੇ ਸੱਜਣ ਨੇ ਬੜਾ ਸੋਹਣਾ ਆਖਿਆ ਸੀ ਨਾ ਵੀ ਹੰਕਾਰ ਕਿਤਾ ਮਿੜਦਾ ਹੈ ਇਹ ਹੰਕਾਰ ਤਾਂ ਬਹੁਤ ਔਖਾ ਮਿੜਦਾ ਹੈ ਹੰਕਾਰ ਤਾਂ ਮਾਰੇ ਕਹਿੰਦੇ ਨੇ ਇਸ ਯੁੱਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ ਜੇ ਹੋਮੇ ਮੇਡ ਸਮਾਹ ਮਾਰੇ ਕਹਿੰਦੇ ਬ੍ਰਹਮ ਗਿਆਨੀ ਉਹ ਕੋਈ ਵਿਰਲਾ ਹੀ ਹੋਊਗਾ ਜਿਹਦੀ ਹੋਮੇ ਖਤਮ ਹੋ ਗਈ ਇੱਕ ਹੁੰਦਾ ਸੰਗ ਮੈਨੇ ਸੰਬੰਧ ਮਨ ਲਓ ਇੱਕ ਗੁਰੂ ਆ ਇੱਕ ਸਿੱਖ ਆ ਇਹ ਦੋ ਜਾਣੇ ਹੋ ਗਏ ਤੀਜਾ ਇਹਨਾਂ ਦਾ ਕੀ ਇੱਕ ਸੰਬੰਧ ਆ ਗੁਰੂ ਤੇ ਸਿੱਖ ਦਾ ਉਹ ਸੰਬੰਧ ਸਮੱਸਿਆ ਸਭ ਤੋਂ ਵੱਡੀ ਜਿਵੇਂ ਇੱਕ ਪਤੀ ਆ ਇੱਕ ਪਤਨੀ ਆ ਦੋ ਜਾਣੇ ਹੋ ਗਏ ਤੀਸਰਾ ਉਹਨਾਂ ਦਾ ਕੀ ਸੰਬੰਧ ਮੋਹ ਉਹ ਸਮੱਸਿਆ ਹੈ ਤਾਂ ਸਭ ਤੋਂ ਵੱਡੀ ਸਮੱਸਿਆ ਕੀ ਹੈ ਜਿਵੇਂ ਵਿਦਵਾਨ ਸਾਧੂ ਲੋਕ ਕਹਿੰਦੇ ਵੀ ਜਿਹੜਾ ਸਰੀਰ ਨੂੰ ਮੈਂ ਮੰਨਣਾ ਵੀ ਮੈਂ ਸਰੀਰ ਆ ਇਹ ਸਭ ਤੋਂ ਵੱਡੀ ਭੁੱਲ ਹੈ ਬੰਦੇ ਦੀ ਤੁਸੀਂ ਹੈਰਾਨ ਹੋਵੋਗੇ ਜਿਹੜੀ ਚੀਜ਼ ਮਿਲਦੀ ਹੁੰਦੀ ਆ ਨਾ ਉਹ ਆਪਣੀ ਨਹੀਂ ਹੁੰਦੀ ਇਹ ਸਰੀਰ ਮਿਲਿਆ ਵਾ ਤੁਸੀਂ ਨਾਲ ਨਹੀਂ ਸੀ ਲੈ ਕੇ ਆਏ ਕੋਈ ਵੀ ਨਹੀਂ ਸੀ ਨਾਲ ਲੈ ਕੇ ਆਇਆ ਇਹ ਮਿਲਿਆ ਵਾ ਤੇ ਜਿਹੜੀ ਚੀਜ਼ ਮਿਲੀ ਹੋਵੇ ਨਾ ਰਾਹ 'ਚ ਉਹ ਆਪਣੀ ਨਹੀਂ ਹੁੰਦੀ ਉਹ ਇੱਥੇ ਛੱਡਣੀ ਪੈਣੀ ਹੈ ਇਹ ਮਿਲਿਆ ਵਾ ਇਸ ਕਰਕੇ ਨੂੰ ਛੱਡਣਾ ਪੈਣਾ ਹੈ ਸਭ ਤੋਂ ਵੱਡੀ ਭੁੱਲ ਕੀ ਆ ਸੰਗ ਸੰਬੰਧ মোহ ਸੰਸਰਗ ਪਰ ਪ੍ਰਮਾਤਮਾ ਕੀ ਆ ਨਿਰਸੰਗੀ ਜਿਹੜਾ ਐਸੇ ਮੋਹ ਤੋਂ ਸੰਸਰਗ ਤੋਂ ਨਿਰਲੇਪ ਰਹਿੰਦਾ ਹੈ ਜਾਂ ਇੱਕ ਸੌਖਾ ਜਿਹਾ ਤਰੀਕਾ ਸੰਤ ਦਾਸ ਤੇ ਨੇ ਜਿਵੇਂ ਸਾਹਮਣੇ ਖੰਭਾ ਲੱਗਾ ਖੰਬੇ ਨੂੰ ਬੰਦਾ ਜਾਣਦਾ ਹੈ ਜਿਹੜੀ ਚੀਜ਼ ਨੂੰ ਬੰਦਾ ਜਾਣਦਾ ਉਹ ਤੋਂ ਵੱਖਰੀ ਹੁੰਦੀ ਹੈ ਇਸੇ ਤਰ੍ਹਾਂ ਕੱਪੜਾ ਵਾ ਕੱਪੜੇ ਨੂੰ ਬੰਦਾ ਜਾਣਦਾ ਕੱਪੜਾ ਬੰਦੇ ਤੋਂ ਵੱਖਰਾ ਹੈ। ਇਸੇ ਤਰ੍ਹਾਂ ਜਦੋਂ ਬੁਖਾਰ ਚੜਦਾ ਵਾ ਜਾਂ ਕੋਈ ਸੱਟ ਲੱਗਦੀ ਆ ਤੇ ਆਪਾਂ ਕਹਿੰਦੇ ਆ ਵੀ ਮੇਰੇ ਸਰੀਰ ਤੇ ਡਾਕਟਰ ਕਹਿੰਦਾ ਕਿੱਥੇ ਸੱਟ ਲੱਗੀ ਜੀ ਆਹ ਬਾਹਾਂ ਤੇ ਲੱਗੀ ਮੇਰੇ ਸਰੀਰ ਤੇ ਇਹਦਾ ਮਤਲਬ ਸਰੀਰ ਨੂੰ ਬੰਦਾ ਜਾਣਦਾ ਸਰੀਰ ਤੋਂ ਵੱਖਰਾ ਹੈ। ਜਾਂ ਵੱਡੇ ਮਹਾਂਪੁਰਖ ਇੱਕ ਉਦਾਹਰਣ ਦਿੰਦੇ ਹੁੰਦੇ ਸੀ ਵੀ ਜਿਵੇਂ ਮਕਾਨ ਜਾਂ ਜਿਵੇਂ ਨਾਰੀਅਲ ਨਾਰੀਅਲ ਵਿੱਚ ਨਾਰੀਅਲ ਦੀ ਗਿਰੀ ਉਤੋਂ ਵੱਖਰੀ ਹੁੰਦੀ ਆ ਪਰ ਬਾਹਰੋਂ ਨਹੀਂ ਦੇਖਣ ਨੂੰ ਲੱਗਦੀ ਪਰ ਜਦੋਂ ਟੁੱਟਦਾ ਹੈ ਤੇ ਉਦੋਂ ਗਿਰੀ ਵੱਖਰੀ ਕੱਢੀਦੀ ਹੈ ਛਿਲਕੇ ਨਾਲ ਉਹ ਵੱਖਰੀ ਉਹਦੀ ਖੋਲ ਨਾਲ ਉਹ ਵੱਖਰੀ ਇਸੇ ਤਰ੍ਹਾਂ ਇਸ ਸਰੀਰ ਦੇ ਵਿੱਚ ਜਿਹੜਾ ਬੰਦਾ ਬੈਠਾ ਹੈ ਨਾ ਰੂਹ ਬੈਠੀ ਆਤਮਾ ਬੈਠੀ ਉਹ ਸਰੀਰ ਤੋਂ ਵੱਖਰੀ ਜਾਂ ਜਾਣਣਾ ਜਾਂ ਮੀਰਾ ਜਿਹੜੀ ਚੀਜ਼ ਨਾ ਵੀ ਮੀਰਾ ਲੱਗੇ ਉਹ ਵੱਖਰਾ ਹੁੰਦਾ ਜੋ ਮੇਰੇ ਕੱਪੜੇ ਮੇਰਾ ਮਕਾਨ ਮੇਰੀ ਗੱਡੀ ਇਹ ਤਾਂ ਮਲ ਗੱਡੀ ਤੋਂ ਵੱਖਰਾ ਹੈ ਇਸੇ ਤਰ੍ਹਾਂ ਫਿਰ ਉਹਨੂੰ ਸਮਸ਼ਟੀ ਤੋਂ ਵਿਅਸ਼ਟੀ ਵੱਲ ਲੈ ਕੇ ਜਾਈਦਾ ਫਿਰ ਆਪਣੇ ਆਲ ਮੇਰਾ ਸਰੀਰ ਇਹ ਤਾਂ ਮਲ ਸਰੀਰ ਤੋਂ ਵੱਖਰਾ ਹੈ ਮੇਰੀਆਂ ਅੱਖਾਂ ਮੇਰਾ ਨੱਕ ਮੇਰਾ ਕੰਨ ਮੇਰਾ ਸਿਰ ਦੁਖਦਾ ਇਹ ਤਾਂ ਮਲ ਸਿਰ ਤੋਂ ਵੱਖਰਾ ਹੈ ਇਹਨੂੰ ਪਤਾ ਲੱਗਣ ਡਿਆ ਵੀ ਦੁਖਦਾ ਪਿਆ ਜੇ ਆਪ ਹੀ ਇਹ ਸਿਰ ਹੋਵੇ ਤੇ ਪਤਾ ਕਿਨੂੰ ਲੱਗੇ ਫਿਰ ਇਹ ਤਾਂ ਮਤਲਬ ਕੋਈ ਚੀਜ਼ ਵੱਖਰੀ ਹੈਗੀ ਪਰ ਇਹਨੂੰ ਕਹਿੰਦੇ ਨਾ ਖੋਜ ਸ਼ਬਦ ਮੈਂ ਹਲੇ ਬਰੀਕੀ ਦੀ ਗੱਲ ਤੇ ਤੁਸੀਂ ਹੈਰਾਨ ਹੋਵੋਗੇ ਜਿਵੇਂ ਮਕਾਨ ਦੇ ਵਿੱਚ ਉਹ ਬੰਦਾ ਬਾਹਰ ਗਿਆ ਮਕਾਨ ਤੋਂ ਜਦੋਂ ਚਲੋ ਆਪਾਂ ਪਿਆਰ ਵਾਲੇ ਸਾਰੇ ਬੈਠੇ ਆ ਜਦੋਂ ਆਪਾਂ ਮਕਾਨ ਤੋਂ ਬਾਹਰ ਜਾਂਦੇ ਆ ਸਾਰੇ ਮਕਾਨ ਨਾਲ ਹੀ ਲੈ ਜਾਂਦੇ ਫਿਰ ਕਿ ਮਕਾਨ ਉੱਥੇ ਹੁੰਦਾ ਤੇ ਆਪਾਂ ਬਾਹਰ ਹੁੰਨੇ ਇਸੇ ਤਰ੍ਹਾਂ ਜਦੋਂ ਦਫ਼ਤਰ ਤੋਂ ਤੁਸੀਂ ਆਪਾਂ ਘਰੇ ਆਉਨੇ ਆ ਤੇ ਦਫ਼ਤਰ ਨਾਲ ਹੀ ਚੁੱਕ ਕੇ ਲੈ ਆਉਨੇ ਕਿ ਦਫ਼ਤਰ ਉੱਥੇ ਰਹਿ ਜਾਂਦਾ ਤੇ ਆਪਾਂ ਘਰੇ ਹੁੰਨੇ ਇਹਦਾ ਮਤਲਬ ਵੀ ਜਿਵੇਂ ਮਕਾਨ ਤੇ ਮਕਾਨ ਵਿੱਚ ਰਹਿਣ ਵਾਲਾ ਵੱਖਰਾ ਹੈ ਇਸੇ ਤਰ੍ਹਾਂ ਜਿਹੜਾ ਮਨੁੱਖਾ ਦਾ ਇਹ ਹੈ ਤਾਂ ਅਸਲ 'ਚ ਨਿਰਸੰਗੀ ਆ ਇਹ ਸਰੀਰ ਦੇ ਸੰਬੰਧ ਉਹ ਰਹਿਤ ਹੈ ਆਤਮਾ ਜਿਹੜੀ ਸਰੀਰ ਤੋਂ ਵੱਖਰੀ ਹੈ ਹੋਰ ਵੀ ਬੜੀਆਂ ਦਲੀਲਾਂ ਮਹਾਤਮਾ ਸਮਝਾਉਂਦੇ ਨੇ ਮਨ ਨੂੰ ਸਮਝਾਉਣ ਵਾਸਤੇ ਵੀ ਜੇ ਤੇ ਇਹ ਸਰੀਰ ਆਪਣਾ ਹੋਵੇ ਫਿਰ ਸਾਡਾ ਹੁਕਮ ਕਿਉਂ ਨਹੀਂ ਮੰਨਦਾ ਹੁਣ ਸਾਰੇ ਆਪਾਂ ਯਤਨ ਕਰਦੇ ਆਂ ਵੀ ਇਹ ਬੁੱਢਾ ਨਾ ਹੋਵੇ ਹੋਈ ਜਾਂਦਾ ਨਾ ਹੋਰ ਤਾਂ ਹੋਰ ਛੱਡੋ ਕਈ ਤੇ ਇਸੇ ਯਤਨ 'ਚ ਲੱਗੇ ਦਾੜੀ ਚਿੱਟੀ ਨਾ ਹੋਵੇ ਫਿਰ ਬਦੋ ਬਦੀ ਹੋਈ ਜਾਂਦੀ ਏ ਆਖੇ ਤੇ ਲੱਗਦਾ ਹੀ ਨਹੀਂ ਆਪਣੇ ਜੇ ਤਾਂ ਸਰੀਰ ਸਾਡਾ ਹੋਵੇ ਫਿਰ ਸਾਡੇ ਆਖੇ ਲੱਗੇ 100 ਯਤਨ ਕਰਨ ਦੇ باوجود ਵੀ ਇਹ ਬਿਮਾਰ ਹੁੰਦਾ ਹੈ। ਹੋਰ ਤੇ ਹੋਰ ਛੱਡੋ ਇੰਨਾ ਜੋਰ ਲਾਉਣ ਦੇ باوجود ਵੀ ਇਹਨੇ ਮਰਦਾ ਵਾ। ਇਹਦਾ ਮਤਲਬ ਇਹ ਮੇਰੇ ਹੁਕਮ 'ਚ ਨਹੀਂ ਹੈ। ਇਹ ਕਿਸੇ ਹੋਰ ਦੇ ਹੁਕਮ 'ਚ ਆ। ਐਵੇਂ ਬੰਦਾ ਭਲੇਖੇ ਚ ਤੁਰਿਆ ਫਿਰੇ ਤੇ ਵੱਖਰੀ ਗੱਲ ਆ ਹੁਕਮ ਇਹ ਸਰੀਰ ਕਿਸੇ ਹੋਰ ਦੇ ਹੁਕਮ 'ਚ ਆ। ਜੇ ਮੇਰੇ ਹੁਕਮ 'ਚ ਹੁੰਦਾ ਤੇ ਮੈਂ ਇਹਨੂੰ ਜਵਾਨੀ ਤੇ ਰੋਕ ਕੇ ਰੱਖਾਂ ਵੀ ਬੜੇ ਪਾਵੇ। ਬਾਰੇ ਕਹਿੰਦੇ ਨਾ ਜੇ ਜਰਵਾੜਾ ਪਰ ਹਰੇ ਜਰਵੇਸ ਕਰੇਂਦੀ ਆਈ ਕੋ ਰਹੇ ਨਾ ਭਰੀਐ ਬਾਈ ਤਾਂ ਜਿਨ੍ਹਾਂ ਨੇ ਇਸ ਤਰ੍ਹਾਂ ਸਮਝ ਕੇ ਇਸ ਸਰੀਰ ਨਾਲ ਉਹ ਆਪਣਾ ਮੋਹ ਤੋੜ ਲਿਆ ਵੀ ਇਹ ਵੱਖਰਾ ਤੇ ਆਪਾਂ ਵੱਖਰੇ ਉਹ ਤਾਂ ਛੁੱਟ ਜਾਂਦੇ ਸੌਖੇ ਜਿਵੇਂ ਇੱਕ ਸੰਤ ਮਹਾਤਮਾ ਹੋਏ ਨਾ ਬੜੇ ਪ੍ਰਸਿੱਧ ਉਹਨਾਂ ਦੀ ਸਾਖੀ ਫਰੀਦੂਦੀਨ ਅਤਾਰ ਸਾਹਿਬ ਜਿਹੜਾ ਫਰੀਦੂਦੀਨ ਅਤਾਰ ਸੀ ਇਹਦੀ ਇਤਰ ਦੀ ਦੁਕਾਨ ਸੀ ਤੇ ਇਤਰ ਅਤਾਰ ਜਿਹਨੂੰ ਆਪਾਂ ਕਹਿ ਦਿੰਦੇ ਆ ਬੜਾ ਮਸ਼ਹੂਰ ਹੈ ਤੇ ਬੜਾ ਮਹਿੰਗਾ ਹੁੰਦਾ ਹੈ ਤੇ ਬੜੀ ਇਹਦੀ ਖੇਚ ਰਹੀਦੀ ਹੈ ਸੁਗੰਧੀ ਦੀ ਸਾਰਿਆਂ ਨੂੰ ਹੀ ਉਥੇ ਕੋਈ ਫਕੀਰ ਇਹਨੇ ਦੁਕਾਨ ਪਾਈ ਸੀ ਤੇ ਫਿਰ ਉਹ ਰਖਣੇ ਬਣਾ ਕੇ ਡਿਸਪਲੇ ਕੀਤੇ ਸੀ ਅਤਰ ਲਾ ਲਾ ਕੇ ਫਲਾਨੀ ਸ਼ੀਸ਼ੀ ਫਲਾਨੀ ਸ਼ੀਸ਼ੀ ਉੱਥੇ ਕੋਈ ਫਕੀਰ ਆਇਆ ਦੁਕਾਨ ਦੇ ਵਿੱਚ ਤੇ ਉਹਨੇ ਸ਼ੀਸ਼ੀਆਂ ਵੇਖੜੀਆਂ ਸ਼ੁਰੂ ਕੀਤੀਆਂ ਇੱਕ ਚੁੱਕੇ ਦੂਜੀ ਰੱਖੇ ਦੂਜੀ ਚੁੱਕੇ ਤੀਜੀ ਅੜੇ ਰੱਖੇ ਇਹ ਫਰੀਦੂਦੀਨ ਅਤਰ ਜਿਹੜਾ ਸੀ ਅਤਰ ਇਤਰ ਵੇਚਣ ਵਾਲਾ ਤਾਂ ਹੀ ਉਹਨੂੰ ਅਤਰ ਕਹਿੰਦੇ ਨਾ حضرت ਫਰੀਦੂਦੀਨ ਅਤਰ حضرت ਕਹਿੰਦੇ ਇਹਨੂੰ ਤਾ ਇਹ ਦੁਕਾਨ ਵਾਲਾ ਜਿਹੜਾ ਮਾਲਕ ਸੀ ਇਹ ਉਹਨੂੰ ਬਜ਼ੁਰਗ ਨੂੰ ਫਕੀਰ ਨੂੰ ਦੇਖਣ ਲੱਗ ਪਿਆ ਵੀ ਸ਼ਾਇਦ ਕੋਈ ਚੀਜ਼ ਪਸੰਦ ਕਰਦਾ ਇਹਨੂੰ ਲੱਭਦੀ ਨਹੀਂ ਪਈ ਜਿਹੜਾ ਆਤਰ ਇਹ ਲੱਭਦਾ ਪਿਆ ਚਲੋ ਹੁਣ ਇਹਨੇ 5-7 ਮਿੰਟ ਤੇ ਵੇਖਿਆ ਅਗਲੇ ਦੀ ਦੁਕਾਨ ਸੀ ਫਰੀਦੂਦੀਨ ਸਾਹਿਬ ਦੀ ਦੁਕਾਨ ਸੀ ਤੇ ਇਹਨੇ ਜਾ ਕੇ ਆਖਿਆ ਵੀ ਬਾਬਾ ਜੀ ਜਿਹੜਾ ਆਤਰ ਤੁਹਾਨੂੰ ਚਾਹੀਦਾ ਉਹ ਲੱਭਿਆ ਕਿ ਨਹੀਂ ਵੀ ਬੜੀ ਰੀਜ ਨਾਲ ਦੇਖਦੇ ਪਏ ਚੁੱਕ-ਚੁੱਕ ਕੇ ਇਹਦੇ ਕਹਿੰਦੇ ਨਹੀਂ ਮੈਂ ਆਤਰ ਤੋ ਨਹੀਂ ਵੇਂਦਾ ਪਿਆ। ਕਹਿੰਦਾ ਫਿਰ ਹੁਣ ਦੁਕਾਨਦਾਰ ਬੰਦਾ ਗਾਹਕ ਹੋਵੇ ਤੇ ਜਰ ਲੈਂਦਾ ਵਾ। ਐਵੇਂ ਟਾਈਮ ਪਾਸ ਕਰਨ ਆਵੇ ਤੇ ਉਹਦੇ ਗਾਲੀ ਪੈਣਾ ਉਹਨੇ। ਉਹ ਕਹਿੰਦਾ ਫਿਰ ਤੁਸੀਂ ਕੀ ਕਰਦੇ ਪਏ ਕਹਿੰਦਾ ਮੈਂ ਤੇ ਦੇਖਦਾ ਪਿਆ ਵਾਂ ਵੀ ਕਿੰਨਾ ਫਸਿਆ ਤੂੰ ਦੁਨੀਆ 'ਚ ਤੇਰੀ ਜਾਨ ਕਿੱਦਾਂ ਨਿਕਲੂਗੀ। ਤੁਹਾਡਾ ਭਲਾ ਜੇ ਦੁਕਾਨਦਾਰ ਬੰਦਾ ਹੋਵੇ ਏਡੀ ਵੱਡੀ ਗੱਲ ਕਹਦੇ ਕੋਈ ਦੁਕਾਨ ਤੇ ਆਣ ਕੇ। ਇਹਨੂੰ ਚੜ ਗੁੱਸਾ ਗਿਆ। ਉਹ ਫਕੀਰ ਨੇ ਆਖਿਆ ਵੀ ਜਦੋਂ ਫਿਰ ਮਰਨ ਲੱਗਾਗੇ ਫਿਰ ਕਦੀ ਆ ਸ਼ੀਸ਼ੀ ਚੇਤੇ ਆਊਗੀ ਅਤਰ ਦੀ ਕਦੀ ਉਹ ਸ਼ੀਸ਼ੀ ਚੇਤੇ ਆਊਗੀ ਇਦਾਂ ਹੀ ਹੁੰਦਾ ਨਾ ਕਦੀ ਉਹ ਪਲਾੜ ਚੇਤੇ ਆਊਗਾ ਮੇਰਾ ਕਦੀ ਉਹ ਬਿਜ਼ਨਸ ਚੇਤੇ ਆਊਗਾ ਮਹਾਰਾਜ ਨੇ ਸਾਰਾ ਲਿਖਿਆ ਨਾ ਅੰਤਕਾਲ ਜੋ ਲੜਕੀ ਸਿਮਰੇ ਅੰਤਕਾਲ ਜੋ ਮੰਦਰ ਸਿਮਰੇ ਅੰਤਕਾਲ ਜੋ ਲక్ష్ਮੀ ਸਿਮਰੇ ਸਾਰਾ ਲਿਖਿਆ ਮਹਾਰਾਜ ਨੇ ਵੀ ਜਾਨ ਤੇ ਬੜੀ ਔਖੀ ਨਿਕਲੂਗੀ ਇਨੂੰ ਚੜਿਆ ਗੁਸਾ ਇਹ ਕੌਣ ਵੇ ਬੇਇਤੀ ਕਰਨ ਵਾਲਾ ਇਹ ਕਹਿੰਦਾ ਜਿੱਦਾਂ ਤੇਰੀ ਨਿਕਲੂਗੀ ਉਦਾਂ ਹੀ ਸਾਡੀ ਨਿਕਲ ਜੂਗੀ ਫਰੀਦੂਦੀਨ ਸਾਹਿਬ ਕਹਿੰਦਾ ਤੇ ਉਹ ਬੜੇ ਉਹ ਜਿਹੜਾ ਫਕੀਰ ਸੀ ਨਾ ਉਹ ਕਹਿੰਦਾ ਮੜਾ ਜਾਂ ਫਿਰ ਆ ਦੁਕਾਨ ਤੋਂ ਬਾਹਰ ਇਹਨੂੰ ਫਰੀਦੂਦੀਨ ਨੂੰ ਇਹ ਕਾਊਂਟਰ ਤੋਂ ਬਾਹਰ ਆ ਗਿਆ ਉਹ ਵੀ ਬਾਹਰ ਆ ਗਿਆ ਬਜ਼ੁਰਗ ਉੱਥੇ ਫਰਸ਼ ਤੇ ਉਹ ਸੜਕ ਜਿੱਦਾਂ ਦੀ ਹੋਊਗੀ ਉਸ ਸਮੇਂ ਦੀ ਗੱਲ ਹੈ ਉਹ ਲੰਮੇ ਪਿਆ ਉਹਨੇ ਰੱਬ ਦਾ ਨਾਮ ਲਿਆ ਤੇ ਚੱਲ ਮੇਰੇ ਭਾਈ ਸਰੀਰ ਛੱਡਤਾ ਹੁਣ ਇਹਨੂੰ ਪਤਾ ਨਹੀਂ ਸੀ ਵੀ ਐਡੀ ਵੱਡੀ ਘਟਨਾ ਹੋ ਜਾਣੀ ਇਹਦਾ ਇਰਾਦਾ ਐਵੇਂ ਫੜਾ ਮਾਰਦਾ ਕੋਈ ਬੁੱਢਾ ਹੈਗਾ ਵੇਲਾ ਐਵੇਂ ਦੁਕਾਨ 'ਚ ਆ ਗਿਆ ਮੰਗਤਾ ਵਾ ਕੋਈ ਭੁਖਾਰੀ ਹੁਣ ਇਹਨੂੰ ਥੋੜੀ ਪਤਾ ਵੀ ਕੋਈ ਫਕੀਰ ਆ ਉਹਨੇ ਸਰੀਰ ਛੱਡਤਾ ਇਹਦੇ ਤੇ ਇੰਨਾ ਅਸਰ ਪਿਆ ਇਹਨੂੰ ਪਤਾ ਨਾ ਲੱਗੇ ਵੀ ਹੋ ਕੀ ਗਿਆ ਉਹਨੇ ਕਿਹਾ ਨਾ ਵੀ ਮੈਂ ਤੇ ਫਿਰ ਇਦਾਂ ਛੱਡੂਗਾ ਜਦ ਤੂੰ ਛੱਡ ਫਿਰ ਇਨੇ ਕੀ ਛੱਡਣਾ ਸੀ ਵਿਚਾਰੇ ਦਾ ਐਸਾ ਅਸਰ ਇਹਦੇ ਮਨ ਤੇ ਪਿਆ ਫਿਰ ਚਲੋ ਉਹਨੇ ਸਾਰਾ ਅੰਤਮ ਕਿਰਿਆ ਕੀਤੀ ਤੇ ਕਬਰ ਦੇ ਵਿੱਚ ਉਹਨੂੰ ਦੱਬਿਆ ਪਰ ਜਿਵੇਂ ਜਿਵੇਂ ਉਸ ਫਕੀਰ ਨੂੰ ਇਹਨੇ ਕਬਰ 'ਚ ਦੱਬਿਆ ਇਹਦੀ ਦੁਨੀਆ ਉੱਥੇ ਹੀ ਕਬਰ 'ਚ ਹੀ ਦੱਬੀ ਗਈ ਤੇ ਫਿਰ ਇਹ ਵੀ ਫਕੀਰ ਹੋਇਆ ਇਹ ਵੀ ਸਾਧੂ ਹੋਇਆ ਫਿਰ ਤਾਂ ਜਿਨ੍ਹਾਂ ਨੇ ਤੇ ਆਪਣੇ ਸਰੀਰ ਤੋਂ ਆਪਣੇ ਆਪ ਨੂੰ ਸਮਝਿਆ ਨਿਰਸੰਗੀ ਉਹਨਾਂ ਉੱਤੇ ਤੇ ਮਾਲਕ ਦੀ ਫਿਰ ਐਸੀ ਕਿਰਪਾ ਹੁੰਦੀ ਹੈ ਕਿ ਉਹ ਪ੍ਰਾ ਵਿਸ਼ੇਸ਼ ਕਰਕੇ ਮਾਥੇ ਮਾਥ ਦਿੰਦੇ ਨੇ ਮੋਹ ਨੂੰ ਪ੍ਰਾ ਮਾਥੇ ਵਿਸ਼ੇਸ਼ ਕਰਕੇ ਕਾਮ ਕ੍ਰੋਧ ਨੂੰ ਸੰਸਰਗ ਨੂੰ ਸਬੰਧ ਨੂੰ ਖਤਮ ਕਰ ਦਿੰਦੇ ਨੇ ਤਾਂ ਵਾਹਿਗੁਰੂ ਪਰਮੇਸ਼ਰ ਜੀ ਕਿੱਦਾਂ ਦੇ ਹਨ ਉਹ ਵੀ ਨਿਰਸੰਗੀ ਇਸ ਮੋਹ ਤੋਂ ਰਹਿਤ ਹਨ ਤੇ ਜਿਹਦਾ ਸਰੀਰ ਦੇ ਨਾਲ ਉਹ ਮੋਹ ਨਹੀਂ ਟੁੱਟਾ ਉਹਦੀ ਹੋਂਮੇ ਨਹੀਂ ਮਰਦੀ ਕਦੀ ਹੋਂਮੇ ਉਹਦੀ ਮਰੂਗੀ ਜਿਹੜਾ ਸਰੀਰ ਦੇ ਨਾਲ ਉਹ ਜਿਹਦਾ ਦੇਹ ਇਤਿਹਾਸ ਟੁੱਟ ਗਿਆ ਤਾਂ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ ਨਿਰਸੰਗੀ ਪਰਮਾਥੇ ਨਿਰਸੰਗੀ ਨਿਰਰਹਿਤ ਹੈ ਸੰਗ ਸੰਬੰਧ ਤੋਂ ਪਰਮੇਸ਼ਰ ਤੇ ਪਰ ਵਿਸ਼ੇਸ਼ ਕਰਕੇ 마ਥੇ ਮਥਨ ਮਾਲਾ ਹੈ ਖਤਮ ਕਰ ਦੇਣ ਵਾਲਾ ਹੈ ਜਿਹੜੇ ਜਾਂ ਫਿਰ ਜਿਹੜੇ ਦੁਸ਼ਟ ਸੰਤਾਂ ਨੂੰ ਦੁੱਖ ਦਿੰਦੇ ਹਨ ਉਹਨਾਂ ਨੂੰ ਵਿਸ਼ੇਸ਼ ਕਰਕੇ ਮਾਦਾ ਹੈ ਖਤਮ ਕਰ ਦਿੰਦਾ ਹੈ ਉਹਨਾਂ ਨੂੰ ਨਮੋ ਭਾਨ ਭਾਨੇ ਏ ਵਾਹਿਗੁਰੂ ਜੀ ਭਾਨ ਕਹਿੰਦੇ ਨੇ ਸੂਰਜ ਨੂੰ ਭਾਨੇ ਸੂਰਜਾਂ ਦਾ ਵੀ ਸੂਰਜ ਜਾਂ ਭਾਨ ਮੈਨੇ ਪ੍ਰਕਾਸ਼ਨ ਵਾਲਾ ਸੂਰਜ ਨੂੰ ਵੀ ਕੌਣ ਪ੍ਰਕਾਸ਼ ਦਿੰਦਾ ਹੈ ਜਿਵੇਂ ਆਪਾਂ ਇੱਕ ਸ਼ਬਦ ਪੜ੍ਹਦੇ ਦਸਵੇਂ ਪਾਤਸ਼ਾਹ ਦਾ ਮੈਂ ਹੋ ਪਰਮਪੁਰਖ ਦਾਸਾ ਦੇਖਣ ਆਇਓ ਜਗਤ ਤਮਾਸਾ ਹਮ ਇਹ ਕਾਜ ਜਗਤ ਮੁਵਾਏ ਧਰਮ ਹੇਤ ਗੁਰਦੇਵ ਪਠਾਏ ਹੁਣ ਇਹ ਜਿਹੜਾ ਪਰਮਪੁਰਖ ਸ਼ਬਦ ਹੈ ਇਹਦੇ ਜੇ ਸੰਸਕ੍ਰਿਤ ਮੁਤਾਬਕ ਅਰਥ ਕੀਤੇ ਜਾਣ ਵੀ ਪਰਮਪੁਰਖ ਕੌਣ ਹੁੰਦਾ ਹੈ ਤਾਂ ਸੰਸਕ੍ਰਿਤ ਮੁਤਾਬਕ ਇਹਦੇ ਅਰਥ ਬਣਦੇ ਆ ਜਿਹੜਾ ਸੂਰਜ ਦੇ ਅੰਦਰ ਬੈਠਾ ਸੂਰਜ ਨੂੰ ਵੀ ਪ੍ਰਕਾਸ਼ ਦਾ ਚਾਨਣ ਦਿੰਦਾ ਸਭ ਮਹਜੋਤ ਜੋਤ ਹੈ ਸੋਏ ਤਿਸਕੈ ਚਾਨਣ ਸਭ ਮਹਚਾਨਣ ਹੋਇ ਸਭ ਜੋਤ ਤੇਰੀ ਜਗ ਜੀਵਨਾ ਤਾਂ ਜਿਹੜਾ ਸੂਰਜ ਨੂੰ ਵੀ ਪ੍ਰਕਾਸ਼ਨ ਵਾਲਾ ਜਾਂ ਭਾਨੇ ਪੰਜਾਬੀ ਅਰਥ ਹੁੰਦਾ ਭੰਨ ਦੇਣਾ ਜਿਹੜਾ ਸੂਰਜ ਆਦਕਾਂ ਨੂੰ ਵੀ ਭੰਨ ਦਿੰਦਾ ਹੈ ਖਤਮ ਕਰ ਸਕਦਾ ਹੈ ਇੰਨੀ ਤਾਕਤ ਦਾ ਮਾਲਕ ਹੈ ਜਿਹੜਾ ਜਿਵੇਂ ਪਵਿੱਤਰ ਕੁਰਾਨ ਸ਼ਰੀਫ ਚ ਲਿਖਿਆ ਨਾ ਕਿ ਕਿਸੇ ਭੁਲੇਖੇ ਚ ਨਾ ਰਹੀ ਸੂਰਜ ਵੀ ਇੱਕ ਦਿਨ ਠੰਡਾ ਹੋ ਜਾਣਾ ਉੜੇ ਉਹ ਜੀਆਂ ਗੱਲਾਂ ਬੜੀਆਂ ਡੂੰਘੀਆਂ ਨੇ ਜਾਂ ਜਿਹੜੇ ਭਾਨੇ ਸਾਰਿਆਂ ਨੂੰ ਭੰਨ ਦਿੰਦੇ ਸੀ ਏਡੇ ਵੱਡੇ ਮਹਾਬਲੀ ਉਹਨਾਂ ਨੂੰ ਵੀ ਭੰਨਣ ਵਾਲਾ ਜਿਵੇਂ ਕਾਲ ਸਾਰਿਆਂ ਨੂੰ ਭੰਨ ਦਿੰਦਾ ਹੈ ਉਹਨੂੰ ਵੀ ਭੰਨਣ ਵਾਲਾ ਐਸੇ ਵਾਹਿਗੁਰੂ ਪਰਮੇਸ਼ਰ ਨੂੰ ਮਹਾਰਾਜ ਕਹਿੰਦੇ ਨਮਸਕਾਰ ਹੈ ਨਮੋ ਮਾਨ ਮਾਨੇ ਮਾਨਨੀਏ ਸਤਕਾਰਯੋਗ ਜਿਹੜੇ ਪੂਜਣ ਯੋਗ ਨੇ ਉਹਨਾਂ ਦਾ ਵੀ ਪੂਜਣ ਯੋਗ ਸਤਕਾਰ ਯੋਗ ਵਾਹਿਗੁਰੂ ਪਰਮੇਸ਼ਰ ਐਸੇ ਵਾਹਿਗੁਰੂ ਤਾਂ ਹੀ ਸੱਚੇ ਪਾਤਸ਼ਾਹ ਕਹਿੰਦੇ ਹਨ ਨਮਸਕਾਰ ਹੈ ਨਮੋ ਚੰਦਰ ਚੰਦਰੇ ਚੰਦਰਮਾ ਦਾ ਭਾ ਪ੍ਰਕਾਸ਼ ਚੰਦਰਮਾ ਨੂੰ ਵੀ ਪ੍ਰਕਾਸ਼ ਦੇਣ ਵਾਲਾ ਚੰਦਰਮਾ ਦਾ ਵੀ ਚੰਦਰਵਾ ਚੰਦਰਮਾ ਦੇ ਵਿੱਚ ਜਾਂ ਪ੍ਰਕਾਸ਼ ਰੂਪ ਜਾਂ ਫਿਰ ਪੰਜਾਬੀ ਚ ਜੇ ਅਰਥ ਕਰੀਏ ਤਾਂ ਫਿਰ ਚੰਦਰੇ ਮੈਨੇ ਚੰਦਰਾ ਆਪਾਂ ਕਹਿ ਦਿੰਦੇ ਹਾਂ ਬੜਾ ਚੰਦਰਾ ਬੰਦਾ ਤਾਂ ਜਿਹੜੇ ਚੰਦਰੇ ਨੇ ਦੁਸ਼ਟ ਲੋਕ ਨੇ ਮਾੜੇ ਲੋਕ ਨੇ ਉਹਨਾਂ ਨੂੰ ਵੀ ਫਿਰ ਅੱਗੇ ਖਤਮ ਕਰਨ ਵਾਲਾ ਉਹ ਕੌਣ ਹੈ ਜਮਦੂਤ ਮੌਤ ਜਿਵੇਂ ਮਾਰਾ ਕਹਿੰਦੇ ਨਾ ਪਾਪੀ ਕਰਮ ਕਮਾਵ ਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਣ ਮਾਧਾਣੀਆਂ ਤੇ ਉਹ ਮਥੇ ਤਰੰਬਰ ਆਏ ਨਾਨਕ ਆਖੇ ਰੇ ਮਨਾ ਸੁਣੀਐ ਸਿੱਖ ਸਹੀ ਲੇਖਾ ਰਬ ਮੰਗੇਸੀਆ ਬੈਠਾ ਕੱਟ ਵਹੀ ਤਲਬਾਂ ਪੌਸਨ ਆਕੀਆਂ ਬਾਕੀ ਜਿਨ੍ਹਾਂ ਰਹੀ ਜਿਨ੍ਹਾਂ ਦਾ ਲੇਖਾ ਨਾ ਸਾਫ਼ ਹੋਇਆ ਉਹਨਾਂ ਨੂੰ ਹੁਕਮ ਆਵੇਗਾ ਅਦਾਲਤ ਦਾ ਪੇਸ਼ ਕੀਤਾ ਜਾਵੇਗਾ ਰੱਬ ਦੀ ਦਰਗਾਹ ਦੇ ਵਿੱਚ ਤਾਂ ਉਹ ਜਿਹੜੇ ਦੁਸ਼ਟ ਲੋਕ ਨੇ ਉਹਨਾਂ ਨੂੰ ਖਤਮ ਕਰਨ ਵਾਲਾ ਉਹਨਾਂ ਤੋਂ ਹਸਾਬ ਲੈਣ ਵਾਲਾ ਉਹ ਕੌਣ ਚੰਦਰਾ ਜਿਹਨੂੰ ਮੌਤ ਕਹਿ ਦਿੰਦੇ ਨੇ ਯਮਰਾਜ ਕਹਿ ਦਿੰਦੇ ਨੇ ਤਾਂ ਹੁਣ ਸਵਾ ਪੂਰਾ ਹੋ ਗਿਆ ਇਹਦੇ ਅਰਥ ਫੇਰ ਦੁਬਾਰਾ ਕਰਨੇ ਪੈਣਗੇ ਅਗਲੀ ਕਥਾ 'ਚ ਇੱਥੇ ਹੀ ਕਥਾ ਦੀ ਸਵਾਪਤੀ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੇਖਿ ਬਾਜੀ ਅੱਗੇ ਵਾਸਤੇ ਸਾਰੀ ਸੰਗਤ ਨੇ ਇਸ ਮੱਤ ਬਖਸ਼ੜੀ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਇੱਥੋਂ ਫਿਰ ਅਗਲੇ ਸ਼ਨੀਵਾਰ ਜਿਵੇਂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਕਥਾ ਵਿਚਾਰ ਆਰੰਭ ਕੀਤੇ ਜਾਵੇਗੀ ਆਓ ਹੁਣ ਬੜੇ ਪ੍ਰੇਮ ਦੇ ਨਾਲ ਸੋਦਰ ਸ੍ਰੀ ਰਹਿਰਾਜ ਸਾਹਿਬ ਜੀ ਦੇ ਨਿਤਨੇਮ ਦੇ ਵਿੱਚ ਜੁੜੀਏ ਜੀ ਲੇਖੇ ਕਤੇ ਨਾ ਛੂਟੀ ਐ ਕਿਨ ਖਿਨ ਪੂਲਨ ਹਾਰ ਬਖਸ਼ਣ ਹਾਰ ਬਖਸ ਲੈ ਨਾਨਕ ਪਾਰ ਉਤਾਰ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਾਨ ਭਾਨੇ ਨਮੋ ਮਾਨ ਮਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ